ਉਹ ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂ ਚੂ ਕਰਦੀ ਆ ਓਏ ਜੁੱਤੀ ਚੂ ਚੂ ਕਰਦੀ ਆ ਨਾਲ ਹੀ ਪਲੱਸ 1 ਮੇਰੀ ਟੀਮ ਆ ਜੀ ਉਦੋਂ ਮੈਂ ਸੀਗਾ 18 ਸਾਲ ਰੋਲ ਆਫ ਜਨ ਮੇਰਾ ਪੈ ਗਿਆ ਉਦੋਂ ਲੱਭਦੇ ਫਿਰ ਉਹ ਕਹਿੰਦਾ ਕਲਾਕਾਰਾਂ ਦੇ ਦੁਸ਼ਮਣ ਬਹੁਤ ਹੁੰਦੇ ਆ ਚੰਡੀਗੜ੍ਹ ਦੇ ਸਾਰੇ ਸਿੰਗਰਾਂ ਨੂੰ ਮਿੰਟ 'ਚ ਇਕੱਠੇ ਕਰ ਲੈਂਦਾ ਸੀ ਇੱਕ ਵਾਰ ਬਹੁਤ ਟਾਈਮ ਦੀ ਗੱਲ ਹੋ ਗਈ ਇੱਕ ਬੰਦਾ ਸਾਨੂੰ ਮਿਲਿਆ ਤੇ ਮੇਰਾ ਘਰ ਦਾ ਨਾਂ ਨੀਟੂ ਹੈ ਵੈਸੇ ਅੱਛਾ ਪੇਪਰਾਂ 'ਚ ਮੇਰਾ ਸੁਰਜੀਤ ਖਾਨ ਹੀ ਹੁੰਦਾ ਜਦੋਂ ਮੈਂ ਉੱਥੇ ਪਹਿਲੀ ਵਾਰ ਮੈਂ ਬਾਈਕ ਦੇ ਉੱਤੇ ਗਾਇਆ ਤੇ ਜਦੋਂ ਇਕੱਠ ਹੋ ਗਿਆ ਉੱਥੇ ਬਹੁਤ ਜ਼ਿਆਦਾ ਤੇ ਉੱਧਰ ਗਏ ਕਿਤੇ ਹਰਿਆਣੇ 'ਚ ਕਰਨਾਲ ਸਾਈਡ ਗਏ ਉਹਨੇ ਕਿਤੇ ਤੇ ਉਹ ਉੱਥੇ ਚਰਚਾ ਕਰੀ ਜਾਣਾ ਉਹਨਾਂ ਨੇ ਜਦੋਂ ਮੇਰਾ ਨਾਂ ਲਿਆ ਕਹਿੰਦੇ ਉਹ ਕਹਿੰਦੇ ਕਿਹਦੀ ਗੱਲ ਕਰਦੇ ਕਹਿੰਦਾ ਹਾਂ ਇਹ ਸਿੰਗ ਮੁੰਡਾ ਸਿੰਗਰ ਹੈ ਉਹ ਕਹਿੰਦਾ ਅੱਛਾ ਤੁਸੀਂ ਜਾਣਦੇ ਨੇ ਉਹ ਕਹਿੰਦਾ ਹਾਂ ਕਹਿੰਦਾ ਇਹ ਤਾਂ ਮੇਰਾ ਪੋਤਾ ਅੱਛਾ ਮੇਰੇ ਕੋਲ ਦਾਦਾ ਜੀ ਮੇਰੇ ਸ਼ਾਮ ਨੂੰ ਮੈਨੂੰ ਕਹਿੰਦੇ ਉਰੇ ਆ ਕਹਿੰਦਾ ਤੇਰਾ ਪੈ ਗਿਆ ਰੌਲਾ ਬਹੁਤ ਹੁਣ ਕਹਿੰਦਾ ਕਹਿੰਦਾ ਤੂੰ ਇੱਦਾਂ ਕਰ ਵੀ ਗਾਉਣਾ ਕਰਦੇ ਬੰਦ ਵੀ ਆਪਾਂ ਕੋਈ ਨੌਕਰੀ ਲੱਗ ਜਾਂਦੀ ਕਿਸੇ ਨੂੰ ਪੈਸੇ ਪੂਸੇ ਦੇ ਤੇ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਕੁਛ ਕਰੀ ਜਾਂਦਾ ਕਈ ਤਾਂ ਗਾਣੇ ਦਾ ਮਿਆਰ ਵੀ ਇੰਨਾ ਗੇਰਤਾ ਉਹ ਬਦਲੀ ਵੇਖ ਕੇ ਰੰਗ ਵਟਾਉਂਦੀ ਫੁੱਲ ਫੁਲਕਾਰੀ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਚੈਨਲ ਸੱਤ ਰੰਗ ਦਾ ਪ੍ਰੋਗਰਾਮ ਸੱਤ ਰੰਗ ਸੈਲੀਬ੍ਰਿਟੀ ਅਤੇ ਸੱਤ ਰੰਗ ਸੈਲੀਬ੍ਰਿਟੀ ਦੇ ਵੀ ਤੁਸੀਂ ਮੇਰੇ ਨਾਲ ਵੱਖੋ ਵੱਖਰੀ ਸੈਲੀਬ੍ਰਿਟੀਜ਼ ਨੂੰ ਦੇਖਦੇ ਰਹਿੰਦੇ ਹੋ ਅਤੇ ਅੱਜ ਦਾ ਸਾਡਾ ਇਹ ਐਪੀਸੋਡ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਦੇ ਸਾਡੇ ਜਿਹੜੇ ਸੈਲੀਬ੍ਰਿਟੀ ਗੈਸਟ ਨੇ ਉਹ ਵੀ ਬਹੁਤ ਖਾਸ ਨੇ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਅਤੇ ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਰਚਾ ਦਾ ਵਿਸ਼ਾ ਕਿਉਂ ਬਣੇ ਹੋਏ ਨੇ ਇਹ ਤੁਹਾਨੂੰ ਪੂਰੀ ਇੰਟਰਵਿਊ ਦੇ ਵਿੱਚ ਪਤਾ ਲੱਗੂਗਾ ਪਰ ਮੈਂ ਤੁਹਾਨੂੰ ਇਹ ਦੱਸਦਾ ਉਹਨਾਂ ਦੇ ਭਾਵੇਂ ਆਪਾਂ ਹੇਕ ਦੀ ਗੱਲ ਕਰ ਲਈਏ ਭਾਵੇਂ ਹੀ ਉਹਨਾਂ ਦੀ ਗਾਇਕੀ ਦੀ ਗੱਲ ਕਰ ਲਈਏ ਭਾਵੇਂ ਹੀ ਉਹਨਾਂ ਦੇ ਗੀਤਾਂ ਦੀ ਗੱਲ ਕਰ ਲਈਏ ਜਾਂ ਉਹਨਾਂ ਦੇ ਸਟਾਈਲ ਦੀ ਗੱਲ ਕਰ ਲਈਏ ਹਰ ਇੱਕ ਚੀਜ਼ ਦੇ ਉੱਤੇ ਪੰਜਾਬੀਆਂ ਨੂੰ ਮਾਣ ਸੋ ਮੇਰੇ ਨਾਲ ਬੈਠੇ ਨੇ ਬਾਈ ਸੁਰਜੀਤ ਖਾਨ ਸਤਿ ਸ਼੍ਰੀ ਅਕਾਲ ਭਾਜੀ ਸਤੀ ਸਤਿ ਸ਼੍ਰੀ ਅਕਾਲ ਜੀ ਸਤਰੰਗ ਚੈਨਲ ਦੇਖ ਲਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਅੱਜ ਫਾਈਨਲੀ ਭਾਜੀ ਫਿਰ ਬਣ ਗਿਆ ਆਪਣਾ ਹੈ ਨਾ ਸਬੱਬ ਕਿ ਅੱਜ ਸਾਨੂੰ ਬੁਲਾ ਹੀ ਲਿਆ ਤੁਸੀਂ ਬਹੁਤ ਔਖਾ ਟਾਈਮ ਕੱਢ ਹੀ ਲਿਆ ਨਹੀਂ ਨਹੀਂ ਕੋਈ ਗੱਲ ਨਹੀਂ ਸੱਤੇ ਦਿਨ ਥੋੜ੍ਹਾ ਰੁਝੇਵਾਂ ਸੀਗਾ ਭਰਾ ਤਾਂ ਕਰਕੇ ਜੀ ਅਦਰਵਾਈਜ਼ ਤਾਂ ਆ ਹੀ ਜਾਣਾ ਸੀ ਘਰ ਦੀ ਗੱਲ ਆਪਣੀ ਦੇ ਨਾਲ ਜੀ ਅਤੇ ਰੁਝੇਵੇਂ ਔਰ ਲਾਈਫ ਕਿਵੇਂ ਚੱਲ ਰਹੀ ਹੈ ਪਰਿਵਾਰ ਲਾਈਫ ਬਹੁਤ ਵਧੀਆ ਚੱਲ ਰਹੀ ਹੈ ਜੀ ਲਾਈਫ ਬਹੁਤ ਅੱਛੀ ਆ ਬਸ ਆਹੀ ਹੈ ਕਿ ਕਰੋਨਾ ਹੁਣ ਸਮਾਪਤ ਹੋਇਆ ਅਤੇ ਸ਼ੋਆਂ 'ਚ ਬਿਜ਼ੀ ਹੈ ਇਹਨਾਂ ਦਿਨਾਂ 'ਚ ਕੁਛ ਗਾਣੇ ਗੁਣੇ ਬਣਾਉਣ ਦੇ ਚੱਕਰ 'ਚ ਰਿਕਾਰਡਿੰਗ ਕਰੀ ਜਾਂਦੇ ਜੇ ਫਰੀ ਟਾਈਮ ਹੁੰਦਾ ਨਹੀਂ ਬਿਜ਼ੀ ਹੈ ਸ਼ੋਆਂ ਤੁਸੀਂ ਇਹਨਾਂ ਦਿਨਾਂ 'ਚ ਇੱਥੇ ਹੁੰਦੇ ਹੋ ਇੰਡੀਆ ਵੈਸੇ ਤੁਸੀਂ ਬਾਹਰ ਹੀ ਇਹਨਾਂ ਦਿਨਾਂ 'ਚ ਹਾਂ ਫਿਰ ਫੈਮਿਲੀ ਬਾਹਰ ਹੈ ਨਾ ਜੀ ਜੀ ਤਾਂ ਕਰਕੇ ਅਤੇ ਫਿਰ ਸ਼ੋਅਜ਼ ਦਾ ਇਸ ਟਾਈਮ ਸਿਲਸਿਲਾ ਪੂਰਾ ਚੱਲ ਰਿਹਾ ਹੁੰਦਾ ਹੈ ਨਾ ਸ਼ੋਆਂ ਦਾ ਸਿਲਸਿਲਾ ਪੂਰਾ ਇਹਨਾਂ ਦਿਨਾਂ 'ਚ ਹਾਂ ਹੁਣ ਜ਼ਿਆਦਾ ਸ਼ੋਅ ਨੇ ਜੀ ਅਤੇ ਚਰਚਾ ਦਾ ਵਿਸ਼ਾ ਮੈਂ ਇਸ ਕਰਕੇ ਪਹਿਲਾਂ ਕਿਹਾ ਸੀ ਚਰਚਾ ਦਾ ਵਿਸ਼ਾ ਕਿਉਂਕਿ ਭਾਅ ਜੀ ਚਰਚਾ ਦਾ ਵਿਸ਼ਾ ਉਹ ਗਾਣਾ ਰਿਲੀਜ਼ ਕੀਤਾ ਹੁਣ ਇਹਨਾਂ ਦੋ ਤਿੰਨ ਦਿਨ ਪਹਿਲਾਂ ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਭਾਅ ਜੀ ਉਹਦੇ ਵਾਸਤੇ ਥੈਂਕ ਯੂ ਸਤੀ ਥੈਂਕ ਯੂ ਸੋ ਮਚ ਉਸ ਗਾਣੇ ਬਾਰੇ ਪਹਿਲਾਂ ਗੱਲ ਕਰਦੇ ਹਾਂ ਚਰਚਾ ਦੇ ਵਿਸ਼ੇ ਦੀ ਇਹ ਗਾਣਾ ਜੀ ਮਿਊਜ਼ਿਕ ਦਾ ਜੀਨੀਸ ਦਾ ਮੁੰਡਾ ਉਹਨੇ ਕੀਤਾ ਅਤੇ ਲਿਖਿਆ ਇਹਨੂੰ ਵਿੱਕੀ ਬਿਸ਼ਨਪੁਰੀ ਨੇ ਅਤੇ ਸਰਾਜ ਮੇਰਾ ਭਰਾ ਸਰਾਜ ਖਾਨ ਉਹਨਾਂ ਨੇ ਮੈਨੂੰ ਗਾਣਾ ਦਿਆ ਸੀਗਾ ਜੀ ਸੋ ਹੈਡਲਾਈਨਰ ਵੱਲੋਂ ਆਪਾਂ ਨੇ ਕਰਤਾ ਜੀ ਫਿਰ ਵਧੀਆ ਅੱਛਾ ਰਿਸਪੋਂਸ ਆ ਵੀਡੀਓ ਕਿੱਦਾਂ ਕੀਤਾ ਕੁਲਵੀਰ ਤੱਖਰ ਮੁੰਡਾ ਕੈਨੇਡਾ 'ਚ ਵੈਨਕੂਵਰ ਵੀਡੀਓ ਕੀਤਾ ਸੀਗਾ ਤਾਂ ਚਲੋ ਬਹੁਤ ਵਧੀਆ ਭਾਈ ਸਾਰਾ ਕੁਝ ਬਹੁਤ ਵਧੀਆ ਬਣਿਆ ਹੋਇਆ ਗਾਣੇ ਦਾ ਵੀਡੀਓ ਦੀ ਗੱਲ ਕਰ ਲਈ ਭਾਵੇਂ ਆਡੀਓ ਤਾਂ ਹਮੇਸ਼ਾ ਅਤੇ ਤੁਹਾਡੇ ਗਾਣੇ ਤਾਂ ਐਸੇ ਹੈ ਨਾ ਮਤਲਬ ਕਿ ਹਮੇਸ਼ਾ ਹੀ ਕੋਈ ਵੀ ਗਾਣਾ ਹੋਵੇ ਭਾਈ ਦਾ ਮੈਂ ਤਾਂ ਨਾ ਹਰ ਗਾਣੇ ਦਾ ਫੈਨ ਹਾਂ ਤੁਹਾਡਾ ਹੀ ਫੈਨ ਹੈ ਬੇਸਿਕਲੀ ਗਾਣੇ ਤੋਂ ਬਾਅਦ ਦੀ ਗੱਲ ਆ ਥੈਂਕ ਯੂ ਸਤੀ ਥੈਂਕ ਯੂ ਸੋ ਚਰਚਾ ਦੇ ਵਿਸ਼ੇ ਦੀ ਆਪਾਂ ਦੋ ਲਾਈਨਾਂ ਭਾਜੀ ਗਾ ਲਈਏ ਹੈ ਨਾ ਫਿਰ ਉਸ ਤੋਂ ਬਾਅਦ ਗੱਲ ਥੈਂਕ ਯੂ ਗਾਣੇ ਤਾਂ ਜਿੰਨੇ ਮਰਜ਼ੀ ਸੁਣ ਲਓ ਮੈਨੂੰ ਗੱਲਾਂ ਘੱਟ ਆਉਂਦੀਆਂ ਗਾਣੇ ਤਾਂ ਬਹੁਤ ਆਉਂਦੇ ਨੇ ਚਰਚਾ ਦਾ ਵਿਸ਼ਾ ਬਣਿਆ ਏ ਜੱਟ ਨਹੀਂ ਉੱਤੋਂ ਟੌਰ ਵੀ ਆ ਜੱਟ ਦੇ ਕਰਾਉਂਦੇ ਅਤਨੀ ਅੱਲੜਾਂ ਦੇ ਕਾਲਜੇ ਚ ਪੈਂਦੇ ਹੋਲ ਨੇ ਜਦੋਂ ਖੱਬੀ ਮੁੱਛੇ ਉੱਤੇ ਸੱਜਾ ਮਾਰਾਂ ਹੱਥ ਨੀ ਉਹ ਸਿਖਰਾਂ ਤੇ ਰਹਿੰਦਾ ਬਿੱਲੋ ਸਾਡਾ ਐਟੀਟਿਊਡ ਜਿਗਰੇ ਚ ਇੰਨੀਆਂ ਦਲੇਰੀਆਂ ਜਦੋਂ ਅੜੀ ਉੱਤੇ ਆ ਗਿਆ ਏ ਜੱਟ ਨੀ ਨਾਮ ਸੁਪਨੇ ਚ ਫਿਰੇਗੀ ਤੂੰ ਰੱਟ ਦੀ ਨੀ ਨਿੰਦਾ ਰੱਖ ਦੂ ਜੁੜਾ ਕੇ ਬਿੱਲੋ ਤੇਰੀਆਂ ਚਰਚਾ ਦਾ ਵਿਸ਼ਾ ਬਣਿਆ ਏ ਜੱਟ ਨੀ ਚਰਚਾ ਦਾ ਵਿਸ਼ਾ ਬਣਿਆ ਏ ਜੱਟ ਨੀ ਕਿਆ ਬਾਤ ਹੈ ਭਾਜੀ ਕਿਆ ਬਾਤ ਹੈ ਬਹੁਤ ਵਧੀਆ ਤੇ ਮਜ਼ਾ ਆ ਗਿਆ ਸੱਚੀ ਜਿਹੜੀ ਸ਼ੁਰੂਆਤ ਹੈ ਬਹੁਤ ਵਧੀਆ ਹੋ ਗਈ ਬਹੁਤ ਅੱਛਾ ਗਾਣਾ ਜੀ ਤੇ ਰਿਸਪੌਂਸ ਵੀ ਬਹੁਤ ਵਧੀਆ ਬਹੁਤ ਵਧੀਆ ਆ ਰਿਹਾ ਹਾਂਜੀ ਬਹੁਤ ਅੱਛਾ ਰਿਸਪੌਂਸ ਆ ਰਿਹਾ ਤੇ ਭਾਈ ਜਿਵੇਂ ਤੁਸੀਂ ਹੁਣ ਪਹਿਲਾਂ ਮੈਨੂੰ ਇਹੀ ਸਵਾਲ ਪੁੱਛੂਗਾ ਕਿਉਂਕਿ ਜਦੋਂ ਤੋਂ ਮੈਂ ਮਤਲਬ ਕਿ ਤੁਹਾਨੂੰ ਦੇਖਦਾ ਹੈ ਨਾ ਜਦੋਂ ਤੁਹਾਨੂੰ ਪਿਆਰ ਕਰਦੇ ਆ ਸਾਰੇ ਜਣੇ ਹੈ ਨਾ ਉਦੋਂ ਤੋਂ ਲੈ ਕੇ ਸੁਰਜੀਤ ਖਾਨ ਭਾਈ ਨੂੰ ਜੀ ਦੇਖ ਲਈ ਅੱਜ 2023 ਹੈ ਤੇ ਉਦਾਂ ਦੀ ਆਵਾਜ਼ ਉਦਾਂ ਦੀ ਪਰਸਨੈਲਿਟੀ ਸੋ ਇਹ ਸਾਰੀਆਂ ਗੱਲਾਂ ਦੇ ਪਿੱਛੇ ਪਹਿਲਾਂ ਰਾਜ ਦੱਸੋ ਉਸ ਤੋਂ ਬਾਅਦ ਆਪਾਂ ਰਾਜ ਦੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਗੱਲ ਇੱਕ ਤਾਂ ਮੈਂ ਕਦੇ
सब तो वड्डी गल तो मैं यही स्रोते नूं कहना चाहना, मैं कदे नशा नहीं किया कोई जी, मैं कोई ना कदे सब तो वड्डी खूबी कह सकते तुसीं नूं, ना स्मोकिंग की, मैं ना मैं कदे ड्रिंक की है, मैं बीयर दा टेस्ट भी देखिया तक, क्या बात है, नॉन वेज जरूर खा लैना मैं, उस तो बाद फिर मैं 10 किलोमीटर डेली वॉक करदा, सैर करदा या रनिंग भी कर लैना बिच बिच नूं, बस आही और यही राज है, बस और कोई राज नहीं। ते आवाज़ नूं उसे तरह मेनटेन करके रखने वास्ते आवाज़ लई थोड़ा जिहा रियाज़ जरूरी है। तो भाई हुण आपां गल करिए कि शुरुआती दौर तो, क्योंकि हुण थोड़ियां मैं जे आपां सोशल मीडिया पर भी देख लीए जां कितें भी, क्योंकि पहला तो टीवी चैनल्स के उपर जिहड़ियां इंटरव्यू चलदियां सीगियां वह उत्थे ही मतलब कि हो जांदियां सीगियां, है ना, जदों तक चैनल के उपर चल रही उस तो बाद खत्म। तो सोशल मीडिया उपर देख ली थोड़ी लाइफ बारे बहुत घट गल्लां तुसीं बाहर करियां होईयां, ਉਹਨਾਂ ਦੇ ਰੀਜ਼ਨਸ ਕੀ ਹੈਗੇ, ਬਹੁਤ ਘੱਟ ਜਿਹੜੀਆਂ ਹੈਗੀਆਂ ਇੰਟਰਵਿਊਜ਼ ਹੈਗੀਆਂ, ਬਹੁਤ ਘੱਟ ਤੁਸੀਂ ਗੱਲਾਂ ਬਾਤਾਂ ਕਰਦੇ ਹੋ? ਇੰਟਰਵਿਊ ਯਾਰ ਮੈਨੂੰ ਪਤਾ ਹੀ, ਮੈਂ ਬਸ ਉੱਦਾਂ ਹੀ ਕਦੇ ਦੋਵਾਂ ਨੂੰ ਉੱਦਾਂ ਹੀ ਘੱਟ ਹੀ ਕੀਤੀਆਂ ਨੇ। ਮੈਂ ਉਹੀ ਗੱਲ ਕਹਿ ਰਿਹਾ ਕਿ ਤੁਹਾਡੇ ਬਾਰੇ ਬਹੁਤ ਘੱਟ ਕੁਛ ਪਤਾ ਲੋਕਾਂ ਨੂੰ ਵੀ। ਹਾਂ ਬਸ ਪਤਾ ਨਹੀਂ ਉਹ ਵਿਕੀਪੀਡੀਆ 'ਤੇ ਮੈਂ ਗਲਤ ਹੀ ਪਾਇਆ ਹੋਇਆ, ਕਿਸੇ ਨੇ ਕਿਸੇ ਦੱਸਿਆ ਵੀ ਮੈਂ UK ਰਹਿੰਦਾ ਇੱਦਾਂ ਕਰਕੇ, ਨਾ ਉਹ ਗਲਤ ਹੀ ਆ, ਸਾਰੀ ਇਨਫੋਰਮੇਸ਼ਨ ਜੀ ਪਾਈ ਹੋਈ ਉੱਥੇ ਵੀ ਮੈਂ ਕਰੈਕਟ ਨਹੀਂ ਕੀਤੀ, ਕਿਤੇ ਮੇਰੇ ਪੇਜ ਸੀਗੇ ਉਹ ਜਦੋਂ ਕਿਸਾਨ ਅੰਦੋਲਨ ਹੋਇਆ ਉਦੋਂ, ਉਹ ਤੋਂ ਬਾਅਦ ਪਤਾ ਨਹੀਂ ਮੇਰਾ ਕਿਹਨੇ ਹੈਕ ਕਰ ਲਏ, ਉਹ ਮੈਂ ਦੁਬਾਰਾ ਪੇਜ ਹੀ ਨਹੀਂ ਬਣਾਇਆ, ਹੁਣ ਮੁੰਡੇ ਨੇ ਦੁਬਾਰਾ ਬਣਾਇਆ, ਹੁਣ ਇੰਸਟਾਗ੍ਰਾਮ ਵੀ ਦੁਬਾਰਾ ਚਲਾਇਆ, ਇੱਦਾਂ ਦਾ ਮੈਨੂੰ ਇੱਦਾਂ ਲੱਗਦਾ ਵੀ ਚੱਲ ਠੀਕ ਹੈ ਯਾਰ, ਮੈਂ ਇੱਕ ਸਿੰਗਰ ਹਾਂ, ਹੈ ਨਾ, ਮੈਨੂੰ ਇੱਕ ਐਂ ਨਹੀਂ, ਰੋਜ਼ ਮੈਂ ਹੁਣ ਸ਼ੋਅ 'ਤੇ ਕਈ ਦੇਖਦੇ ਹਾਂ ਹਰ ਸਿੰਗਰ ਸ਼ੋਅ ਦੀ ਸੈਲਫੀ ਪਾ ਦਿੰਦਾ, ਆਪਣੇ ਸਨੈਪਚੈਟ 'ਤੇ, ਸਨੈਪਚੈਟ 'ਤੇ ਪਾ ਦਿੰਦਾ, ਮੈਂ ਕਦੇ ਨਹੀਂ ਪਾਇਆ, ਇੱਦਾਂ ਕਰਕੇ ਮੈਂ ਬਹੁਤ ਘੱਟ ਪਾਉਂਦਾ ਜੇ ਮੁੰਡੇ ਪਾ ਦੇਣ ਅਲੱਗ ਵੀ ਮੈਂ ਅੱਜ ਸ਼ੋਅ 'ਤੇ ਚੱਲਿਆ, ਅੱਜ ਫਲਾਣੀ ਥਾਂ 'ਤੇ ਸ਼ੋਅ, ਮੇਰਾ ਫਲਾਣੀ ਥਾਂ 'ਤੇ, ਕੀ ਇੱਕ ਗੱਲ ਦੱਸੀ ਜਾਣਗੀ ਸ਼ੋਅ ਠੀਕ ਹੈ, ਲਾਓ ਸ਼ੋਅ ਤੁਸੀਂ ਇੰਟਰਟੇਨਮੈਂਟ ਕਰੋ ਲੋਕਾਂ ਦਾ, ਦੈਟਸ ਇਟ, ਇਹੀ ਗੱਲ ਹੈ। ਮੈਨੂੰ ਥੋੜ੍ਹਾ ਜਿਹਾ ਉੱਦਾਂ ਕੰਮ, ਜਦੋਂ ਮੈਨੂੰ ਚੰਗਾ ਗਾਣਾ ਕੋਈ ਮਿਲ ਜਾਂਦਾ ਨਾ, ਮੈਂ ਮੇਰਾ ਉਹ ਦਿਨ ਹੈਪੀ ਡੇ ਹੁੰਦਾ, ਬਹੁਤ ਜ਼ਿਆਦਾ ਅੱਛੀ ਕੰਪੋਜੀਸ਼ਨ ਬਣ ਜਾਂਦੀ ਹੈ ਜਾਂ ਗਾਣੇ ਦੇ ਬੋਲ ਚੰਗੇ ਮਿਲ ਜਾਂਦੇ ਆ, ਪਰ ਉਹੀ ਚੀਜ਼ ਹੈ ਉਹਨਾਂ ਚੀਜ਼ਾਂ ਨੇ ਤੁਹਾਨੂੰ ਬਚਾ ਕੇ ਰੱਖਣਾ, ਕਿਉਂਕਿ ਜੇ ਫੋਕੀ ਜਿਹੜੀ ਐਨਰਜੀ ਸਾਰੀ ਉੱਧਰਲੇ ਪਾਸੇ ਲਗਾਓ, ਉੱਧਰ ਉੱਧਰਲੀ ਸਾਈਡ ਲਾਉਣੀ ਚਾਹੀਦੀ। ਮੈਂ ਵੀ ਪਾ ਕੇ ਜੀ ਇੱਥੇ ਗੁੱਚੀ ਦੀਆਂ ਕਮੀਜ਼ਾਂ ਪੈਂਟਾਂ ਐਨਕਾਂ ਲਾ ਕੇ ਨਾ, ਉਹ ਇੱਕ ਉਹ ਠੀਕ ਹੈ ਪਾਰਟ ਉਹ ਵੀ ਲਾਉਣੀ ਚਾਹੀਦੀ, ਬਟ ਮਿਹਨਤ ਬਹੁਤ ਜ਼ਰੂਰੀ ਹੈ, ਚੇਂਜ ਕਰ ਕਰਕੇ ਮਿਊਜ਼ਿਕ ਨੂੰ ਲੈ ਕੇ ਆਓ, ਚੇਂਜ ਕਰੋ। ਅਤੇ ਜਿਵੇਂ ਤੁਸੀਂ ਦੱਸਿਆ ਨਾ ਕਿ ਵਿਕੀਪੀਡੀਆ 'ਤੇ ਜਾਂ ਸੋਸ਼ਲ ਮੀਡੀਆ 'ਤੇ ਜਾਂ ਤੁਹਾਡੀ ਇੰਟਰਵਿਊਜ਼ ਬਾਰੇ ਵੀ ਜੇ ਗੱਲ ਕਰ ਲਈ, ਬਹੁਤ ਘੱਟ ਤੁਸੀਂ ਜਾਣਕਾਰੀ ਜਿਹੜੀ ਹੈਗੀ ਉਹ ਲੋਕਾਂ ਨੂੰ ਦਿੰਦੇ ਹੋ, ਹੈ ਨਾ। ਸੋ ਮੈਂ ਉਹਦੇ ਬਾਰੇ ਇਹੀ ਤੁਹਾਨੂੰ ਪੁੱਛੂੰਗਾ ਕਿ ਜਿਹੜਾ ਸਟਾਰਟਿੰਗ ਸੁਰਜੀਤ ਖਾਨ ਦਾ ਉਹ ਕਿੱਦਾਂ ਹੋਇਆ, ਅਤੇ ਕਿਵੇਂ ਫਿਰ ਮਤਲਬ ਕਿ ਪ੍ਰੋਫੈਸ਼ਨਲੀ ਇਸ ਲਾਈਨ ਦੇ ਵਿੱਚ ਆਉਣਾ ਹੋਇਆ, ਕਿੰਨੀ ਕੁ ਸਟਰਗਲ ਸੀ ਉਸ ਟਾਈਮ ਦੇ? ਮੇਰੀ ਸਟਰਗਲ ਬਹੁਤ ਜ਼ਿਆਦਾ ਆ, ਸਟਰਗਲ ਮੇਰੀ ਬਹੁਤ ਜ਼ਿਆਦਾ ਤਾਂ ਸਟਰਗਲ ਇਹ ਨਹੀਂ, ਮੈਨੂੰ ਸ਼ੌਕ ਸੀਗਾ ਗਾਉਣ ਦਾ ਬਚਪਨ ਤੋਂ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਨੂੰ ਤਾਂ ਇਹ ਨਹੀਂ ਪਤਾ ਸੀ ਮੈਂ ਪ੍ਰੋਫੈਸ਼ਨਲ ਸਿੰਗਰ ਬਣਨਾ ਕਦੇ, ਅਤੇ ਮੇਰਾ ਇਹ ਹੁੰਦਾ ਸੀਗਾ ਕਿ ਮੇਰੇ ਚਾਚਾ ਜੀ ਨੇ ਮੈਨੂੰ, ਮੈਂ 3-4 ਸਾਲ ਦਾ ਹੋਊਗਾ, ਉਹਨਾਂ ਸਾਈਕਲ 'ਤੇ ਮੈਨੂੰ ਬਿਠਾ ਲੈਣਾ, ਮੈਨੂੰ ਵੀ ਚੱਲ ਗਾਣੇ ਸੁਣਾ, ਗਾਉਣ ਦਾ ਸ਼ੌਕ ਮੁਰੇ ਸੀ ਮੈਨੂੰ, ਵੱਡਾ ਹੁੰਦਾ ਗਿਆ ਹੁੰਦਾ ਗਿਆ ਵੱਡਾ ਫਿਰ ਮੈਂ ਖੇਤਾਂ 'ਚ ਜਾ ਕੇ ਗਾਉਣਾ ਉੱਚੀ ਉੱਚੀ ਮਾਨਕ ਸਾਹਿਬ ਦੇ ਗਾਣੇ। ਸੋ ਮੈਨੂੰ ਇਹ ਨਹੀਂ ਪਤਾ ਸੀ, ਪਰ ਮੇਰੇ ਅੰਦਰੋਂ ਸੀਗਾ ਵੀ ਯਾਰ ਤੂੰ ਗਾ, ਦਿਲ ਹੁੰਦਾ ਸੀਗਾ ਇੱਦਾਂ, ਅਤੇ ਫਿਰ ਹੌਲੀ ਹੌਲੀ ਕਰਦੇ ਮੈਂ ਗਾਉਂਦਾ ਗਿਆ ਅਤੇ ਇੱਕ ਵਾਰ ਅਸੀਂ, ਮੈਂ ਰਾਣੀ ਗੌਰਮੈਂਟ ਹਾਈ ਸਕੂਲ ਰਾਣੀ ਮਾਜਰਾ ਪੈਂਦਾ, ਮੇਰਾ ਪਿੰਡ ਬਡਾਉਣਾ ਪੈਂਦਾ ਬੇਸਿਕਲੀ ਹਰਿਆਣੇ ਦੇ ਬਾਰਡਰ 'ਤੇ ਬਿਲਕੁਲ ਲਾਲੜੂ ਕੋਲ ਪੈਂਦਾ ਅੰਬਾਲੇ ਵਾਲੀ ਸਾਈਡ, ਅਤੇ ਉਹ ਬਾਰਡਰ 'ਤੇ ਹੋਣ ਕਰਕੇ ਅਤੇ ਅਸੀਂ ਉੱਥੇ 9ਵੀਂ ਕਲਾਸ ਵਾਲੇ ਜਦੋਂ 10ਵੀਂ ਨੂੰ ਟ੍ਰੀਟ ਨਹੀਂ ਕਰਦੇ ਨਿਕਲਦੇ ਉੱਥੋਂ, ਫੇਅਰਵੈਲ ਪਾਰਟੀ ਜੀ ਹੁੰਦੀ ਆ, ਅਤੇ ਉਹ ਪਾਰਟੀ ਦਿੱਤੀ ਅਤੇ ਪਾਰਟੀ ਦੇ ਵਿੱਚ ਉਦੋਂ ਗਾਣਾ ਬਹੁਤ ਹਿੱਟ ਹੋਇਆ ਸੀਗਾ ਮੋਹਣੀ ਰਸੀਲੇ ਦਾ, ਦਾਜ ਵੀ ਨਾ ਭੈਣ ਛੱਡਦੀ, ਮੈਂ ਉਦੋਂ 8ਵੀਂ 9ਵੀਂ ਕਲਾਸ ਪੜ੍ਹਦਾ ਸੀਗਾ, ਅਤੇ ਭੁੱਖੇ ਉਹ ਦਾਜ ਨਾ ਮੰਗੋ, ਧੀਆਂ ਤੇਲ ਪਾ ਕੇ ਸਾੜੋ ਨਾ ਬਗਾਨੀਆਂ, ਇੱਦਾਂ ਜੀ ਕਰਕੇ ਮੁੰਡਿਆਂ ਨੇ ਪਾਰਟੀ ਬਣਾ ਲਿਆ ਡਰਾਮਾ ਜਿਹਾ ਇੱਕ, ਉਹਦੇ 2 ਗਾਣੇ ਰੱਖ ਲਏ ਮੇਰੇ, ਮੈਂ ਗਾਏ ਜਦੋਂ ਮੈਂ ਉੱਥੇ ਪਹਿਲੀ ਵਾਰ ਮੈਂ ਮਾਈਕ 'ਤੇ ਉੱਥੇ ਗਾਇਆ, ਅਤੇ ਜਦੋਂ ਉਹ ਸਾਡੇ ਦੂਰ ਤੱਕ ਆਵਾਜ਼ ਵੀ ਯਾਰ ਬੜਾ ਵਧੀਆ, ਵੀ ਕਿੱਦਾਂ ਨਾ ਇਕੱਠ ਹੋ ਗਿਆ ਉੱਥੇ ਬਹੁਤ ਜ਼ਿਆਦਾ, ਉਹ ਸਾਡੇ ਚਾਚਾ ਜੀ ਵੀ ਆਏ ਉੱਥੇ, ਕਹਿੰਦੇ ਉਹ ਕਹਿੰਦੇ ਯਾਰ ਵੀ ਕਿੱਦਾਂ ਮਤਲਬ ਵੀ ਕੌਣ ਸਿੰਗਰ ਕਿਹੜਾ ਸੀਗਾ, ਉਹ ਮੈਨੂੰ ਮੇਰਾ ਘਰ ਦਾ ਨਾਂ ਨੀਟੂ ਹੈ ਵੈਸੇ, ਪੇਪਰਾਂ 'ਚ ਮੇਰਾ ਸੁਰਜੀਤ ਖਾਨ ਹੀ ਉੱਦਾਂ, ਉਹਦਾ ਜਿੱਦਾਂ ਕੱਚਾ ਨਾਂ ਹੋ ਜਾਂਦਾ ਪਿੰਡਾਂ 'ਚ ਰੱਖਦੇ ਨੇ, ਅਤੇ ਉਹ ਕਹਿੰਦੇ ਇਹ ਤਾਂ ਤੁਹਾਡਾ ਨੀਟੂ ਗਾਈ ਜਾਂਦਾ ਸੀਗਾ, ਉਹ ਚਾਚੇ ਮੈਨੂੰ ਕਹਿੰਦਾ ਅੱਛਾ ਯਾਰ ਕਹਿੰਦਾ ਕਮਾਲ ਹੈ, ਕਹਿੰਦਾ ਤੁਸੀਂ ਇੱਦਾਂ ਕਰੋ ਵੀ ਚੱਲ ਮੈਂ ਜਿਹੜਾ ਸਾਊਂਡ ਸਿਸਟਮ 'ਚ ਮੈਂ ਲਾ ਦਿੰਦਾ ਸਾਰਾ ਇਹ, ਵੀ ਤੁਸੀਂ ਇਹੀ ਡਰਾਮਾ ਆਪਣਾ ਅੱਜ ਤੋਂ 10 ਦਿਨਾਂ ਬਾਅਦ ਫੇਰ ਕਰੋ ਪਿੰਡ ਆਪਣੇ, ਹੁਣ ਆਪਣੇ ਪਿੰਡ ਕਰਨਾ ਬਡਾਣੇ, ਅੱਛਾ ਅਸੀਂ ਗੁਰਦੁਆਰੇ 'ਚ ਕੀਤਾ ਫਿਰ ਉਹ ਜਦੋਂ ਕੀਤਾ ਉਸ ਤੋਂ ਬਾਅਦ ਫਿਰ ਉੱਥੇ ਦਾ ਝਾਕਾ ਵੀ ਨਹੀਂ ਹੋਣਾ, ਝਾਕਾ ਜੇ ਮਤਲਬ ਇਸ ਤੋਂ ਬਾਅਦ ਇੱਦਾਂ ਲੱਗਣ ਲੱਗਿਆ ਵੀ ਯਾਰ ਹੁਣ ਪਿੰਡ ਵਾਲੇ ਵੀ ਲੱਗੇ ਸੀ ਕਹਿਣ ਵੀ ਨਹੀਂ ਯਾਰ ਇਹਨਾਂ 'ਚ ਇਹ ਘੈਂਟ ਜਾਊਗਾ ਕੰਮ, ਵੀ ਹੁਣ ਕੰਮ ਵੀ ਇਹੀ ਕਰਨਾ ਉਹ ਘੱਲਾ ਇਹਦਾ, ਅਤੇ ਫਿਰ ਮੈਂ ਫੌਜ ਵੀ ਭਰਤੀ ਹੋਇਆ, ਅੱਛਾ ਉਸ ਤੋਂ ਬਾਅਦ 15 ਦਿਨ ਮੈਂ ਫੌਜ ਭਰਤੀ ਲੱਗ ਹੋ ਕੇ ਵੀ ਆਇਆ, ਅਤੇ ਬਸ ਜਦੋਂ ਕਿਸਮਤ ਤਕਦੀਰ ਨਾਲ ਜਦੋਂ ਮੁੰਡਾ ਦੇਣਾ ਹੁੰਦਾ
ਫਿਰ ਫੌਜ ਚੋਂ ਕਿਵੇਂ ਛੱਡਿਆ? ਗਾਇਕੀ ਕਰਕੇ ਛੱਡਤਾ ਜਾਂ ਕੋਈ ਹੋਰ ਰੀਜ਼ਨ ਬਣੇ? ਉਹ ਛੱਡਣ ਵਾਲਾ ਕੋਈ ਨਹੀਂ ਸੀ। ਇੱਥੇ ਜਦੋਂ ਮੈਂ ਜੇਲ੍ਹ ਮੇਰੇ ਮਾਸੀ ਜੀ ਰਹਿੰਦੇ ਆ ਅੰਬਲਟਾਣਾ ਪਿੰਡ ਜੀ, ਮੈਂ ਉੱਥੇ ਉਹਨਾਂ ਕੋਲ ਸੀਗਾ ਅਤੇ ਉਹਨਾਂ ਦੇ ਕਿਰਾਏਦਾਰ ਰੱਖਿਆ ਸੀਗਾ, ਕਿਉਂਕਿ ਫੌਜੀ ਕਿਰਾਏਦਾਰ ਉੱਥੇ ਉਹਨਾਂ ਦੇ ਮਕਾਨ 'ਚ ਰਹਿੰਦੇ ਸੀਗੇ। ਉਹਦਾ ਨਾਮ ਸੀ ਪੱਪੂ ਖਾਨ ਅਤੇ ਮੈਂ ਉੱਦਾਂ ਹੀ ਕਿਹਾ ਕਿ ਮੈਂ ਚੱਲ ਭਰਤੀ ਹੋ ਕੇ ਦੇਖਦਾ, ਚੰਡੀ ਮੰਦਰ ਭਰਤੀ ਸੀ ਪੰਚਕੂਲੇ। ਹਾਂਜੀ, ਮੈਂ ਚੱਲ ਜਾ ਕੇ ਦੇਖਦਾ ਜਾ ਕੇ ਵੀ ਆਪਣਾ ਹੈਗਾ ਕੱਦ ਕਾਠ ਕਿ ਨਹੀਂ ਭਰਤੀ ਹੋਣ ਚੱਲ ਜੀ। ਮੈਂ ਜਦੋਂ ਉੱਥੇ ਗਿਆ ਕਹਿੰਦਾ ਵੀ ਉਹ ਕਿਸੇ ਦਾ ਭਰਤੀ ਪਹਿਲਾਂ ਕੋਈ ਬ੍ਰਦਰ ਜਾਂ ਹੋਣਾ ਚਾਹੀਦਾ ਸੀਗਾ ਬਲੱਡ ਰਿਲੇਸ਼ਨ ਵਾਲਾ, ਵੀ ਫਿਰ ਬੰਦਾ ਭਰਤੀ 'ਚ ਭਾਗ ਲੈ ਸਕਦਾ ਸੀ। ਮੈਂ ਐਵੇਂ ਲਿਖਾਤਾ ਜਾ ਕੇ, ਮੈਂ ਕਿਹਾ ਉਦੋਂ ਚੈੱਕ ਨਹੀਂ ਕੀਤਾ ਉਹਨੂੰ, ਮੈਂ ਕਿਹਾ ਮੇਰਾ ਬ੍ਰਦਰ ਹੈ। ਜਦੋਂ ਨਾ ਇੱਦਾਂ ਕਰਕੇ ਮੈਨੂੰ ਮੈਂ ਗਿਆ ਟਰਾਇਲ ਟਰੂਲ ਮੈਂ ਪਾਸ ਕਰ ਗਿਆ ਆਪਣੇ ਸਾਰੇ ਸਾਰੇ ਟਰਾਇਲ ਪਾਸ ਕਰ ਗਿਆ ਅਤੇ ਮੈਂ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੂੰ ਇੱਦਾਂ ਸਾਨੂੰ ਲੈਟਰ ਆ ਗਈ ਭਰਤੀ ਹੋ ਗਿਆ ਅਤੇ ਆ ਜਾ। ਅਤੇ ਮੈਂ ਤਾਂ ਭਰਾਵਾ ਲੈ ਕੇ ਆਪਣੇ ਤਾਏ ਨੂੰ ਲੈ ਕੇ ਪੁਣੇ ਚਲਾ ਗਿਆ ਅਤੇ ਪੁਣੇ ਜਦੋਂ ਗਿਆ ਮੈਂ ਅਤੇ ਉੱਥੇ ਜਿੱਦਾਂ ਮੇਰੇ ਹਾਂ ਹੁਣ ਵਾਲ ਰੱਖੇ ਨੇ ਵੱਡੇ ਵੱਡੇ ਜਿਹੜੇ ਵਾਲ, ਉਹ ਭਰਾਵਾ ਕਹਿੰਦੇ ਉਹਨੇ ਮੈਂ ਦੇਖ ਕੇ ਇੱਦਾਂ ਕਰਕੇ ਕਹਿੰਦਾ ਆ ਜਾ, ਉਹਨਾਂ ਦਾ ਭਰਾਵਾ ਇੱਦਾਂ ਕਰਕੇ ਮੇਰੇ ਵਾਲ ਬੋਲ ਜੀ ਇੱਡੇ ਨੇ ਕਰਦੇ ਕੱਟਦੇ ਫਿਰ ਉਸ ਤੋਂ ਬਾਅਦ ਜਦੋਂ ਵੈਰੀਫਾਈ ਲੱਗ ਗਏ ਕਰਨ ਵੀ ਜਦੋਂ ਹਨਾ ਕਰਨਾ ਹੁਣ ਉਹ ਜਦੋਂ ਫਾਦਰ ਨੇਮ ਉਹਦਾ ਹੋਰ ਨਿਕਲਿਆ ਮੇਰੇ ਦਾ ਹੋਰ ਪਰ ਉਸ ਤੋਂ ਬਾਅਦ ਫਿਰ ਮੈਂ ਲਾਲੜੂ ਬੈਰੀਅਰ ਤੇ ਅਸੀਂ ਫਾਰਮ ਜੇ ਭਰਨ ਲੱਗ ਗਏ, ਟਰੱਕਾਂ ਦੇ ਫਾਰਮ ਭਰਦੇ ਸੀ ਤੇ ਉਹ ਮੈਂ ਭਰੇ ਕਈ ਸਾਲ ਦੇ ਨਾਲ ਕਾਲਜ ਜਾਂਦਾ ਸੀਗਾ ਡੇਰਾ, ਅਸੀਂ ਗਵਰਨਮੈਂਟ ਕਾਲਜ ਡੇਰਾ ਅਸੀਂ ਪੜ੍ਹਦੇ ਰਹੇ ਅਤੇ ਪਲੱਸ ਵਨ, ਅਤੇ ਫਿਰ ਮੈਂ ਨਾਲ ਉੱਥੇ ਕਰਦਾ ਸੀਗਾ ਅਤੇ ਮੈਨੂੰ ਗਾਉਣ ਦਾ ਸ਼ੌਕ ਤਾਂ ਮੈਨੂੰ ਹੋਈ ਸੀਗਾ ਜੀ। ਪਰ ਕਾਲਜ ਦੇ ਵਿੱਚ ਫਿਰ ਮੈਂ ਇੱਕਦਮ ਹੀ ਜਿੱਦਾਂ ਕੰਪੀਟੀਸ਼ਨ ਲੱਗੇ ਹੋਣ ਪਲੱਸ ਵਨ ਦੇ ਵਿੱਚ ਮੈਂ ਫਿਰ ਸਟੇਜ 'ਤੇ ਚੜ੍ਹ ਗਿਆ ਜੀ, ਨਾਲ ਹੀ ਪਲੱਸ ਵਨ 'ਚ ਮੇਰੀ ਟੀਮ ਆ ਗਈ ਜੀ। ਉਦੋਂ ਮੈਂ ਸੀਗਾ 18 ਸਾਲ ਦਾ, 18 ਸਾਲ ਤੇ ਉਹ ਆਪ ਕਰੀ ਫਿਰ ਪ੍ਰੋਡਿਊਸ ਕੀਤਾ। 10000 ਰੁਪਏ ਦੀ ਟੇਬਲ ਸੀ, ਸ਼੍ਰੀ ਕੰਪਨੀ ਸੀ ਪਾਤੜਾਂ ਦੀ। ਅੱਛਾ ਜੀ, 10000 'ਚ ਰਿਕਾਰਡ ਕੀਤੀ ਸੀ ਦੋਸਤਾਂ ਮਿੱਤਰਾਂ ਨਾਲ ਇਕੱਠੇ ਕਰਕੇ ਪੈਸੇ ਸਾਰਿਆਂ ਨੇ, ਟੌਰ ਲਾਲੂ ਵਾਲਾ ਸੀਗਾ ਹੈ ਨਾ ਅਤੇ ਉਹਨਾਂ ਦੇ ਗਾਣੇ ਪਏ ਸੀ, ਤਰਸੇਮ ਮਿੱਸਾਪੁਰੀ ਦੋਨਾਂ ਦੇ ਗਾਣੇ ਗਾਏ ਸੀ ਮੈਂ ਪਹਿਲੀ ਐਲਬਮ 'ਚ। ਅਤੇ ਬਸ ਉਹ ਐਲਬਮ ਜਦੋਂ ਕਰਕੇ ਅਸੀਂ ਮਾਰਕੀਟ 'ਚ ਪੇਸ਼ ਕੀਤੀ ਆ ਅਤੇ ਉਹ ਐਲਬਮ ਡਿਸਟ੍ਰਿਕਟ ਅੰਬਾਲਾ ਪਟਿਆਲਾ ਅਤੇ ਰੋਪੜ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੈਂ, ਕਿਉਂਕਿ ਮੈਂ ਇੱਥੇ ਗਾਉਣ ਲੱਗ ਗਿਆ ਸੀ ਟੂਰਨਾਮੈਂਟ, ਹਾਂਜੀ ਹਾਂਜੀ ਚਰਚਾ ਹੋ ਗਈ ਉਹਦੀ ਟੇਪ ਦੀ ਬਹੁਤ ਘੈਂਟ ਵਿਕੀ ਜੀ। ਅਤੇ ਉਸ ਤੋਂ ਬਾਅਦ ਅਤੇ ਆਪਣਾ ਜਦੋਂ ਡਿਸਟ੍ਰੀਬਿਊਟਰਾਂ ਕੋਲ ਜਾਂਦੇ ਆ ਨਾ ਕੰਪਨੀ ਵਾਲੇ ਉਦੋਂ ਜਾਂਦੇ ਸੀ ਕਿਹੜੇ ਨੰਬਰ ਦੀ ਰਿਪੀਟ ਜਾਵੇ ਜੀ ਜੀ ਜੀ, ਅਤੇ ਉਹ ਕਹਿੰਦੇ ਕਹਿੰਦੇ ਵੀ ਯਾਰ ਕੇ ਸ਼ੀਰੀ ਨੇ ਕੱਢਿਆ ਨਵਾਂ ਮੁੰਡਾ ਸੁਰਜੀਤ ਖਾਨ ਵੀ ਸੁਪਰ ਹਿੱਟ ਜਾ ਰਿਹਾ ਅੱਛਾ ਅੰਬਾਲੇ ਵਾਲੇ, ਅਤੇ ਰੌਲਾ ਤਾਂ ਚਲੋ ਮੇਰਾ ਪੈ ਗਿਆ ਉਦੋਂ ਉਦੋਂ ਲੱਭਦੇ ਫਿਰ ਬਚਨ ਜੀ ਉਹਨੇ ਸੁਰਿੰਦਰ ਬਚਨ ਜੀ ਵੀ ਯਾਰ ਕੈਟਰ ਕੇ ਗੌਰਵ ਕਹਿਣ, ਕਹਿੰਦੇ ਵੀ ਯਾਰ ਇਹ ਮੁੰਡਾ ਤੂੰ ਰਿਕਾਰਡ ਕੀਤਾ ਕਰਕੇ ਇਹਨੂੰ ਬਲਾਕ ਆਉਣਾ ਹਿੱਟ ਹੋ ਗਿਆ ਰਿਕਾਰਡ ਕਰਨਾ ਆਪਾਂ ਨੇ, ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕੌਣ ਅਜੇ ਉਹ ਅਸੀਂ ਕੁਦਰਤੀ ਅਸੀਂ ਇਕੱਠੇ ਹੋ ਕੇ, ਮੈਂ ਕਿਹਾ ਵੀ ਤੁਹਾਨੂੰ ਵੀ ਅਸੀਂ ਉਸਤਾਦੀ ਸ਼ਾਗਿਰਦੀ ਕਰਨੀ ਹੈ ਹਾਂਜੀ, ਉਹਨਾਂ ਕੋਲ ਜਾ ਰਹੇ ਸੀ ਉਹ ਮੈਨੂੰ ਦੂਰੋਂ ਹੀ ਕਹਿੰਦਾ ਆ ਜਾ ਤੁਹਾਨੂੰ ਲੱਭਦੇ ਫਿਰ ਤਾਂ ਫਿਰ ਉਹਨਾਂ ਨੂੰ ਰਿਕਾਰਡ ਕੀਤੀ ਮੇਰੀ ਐਲਬਮ ਯਾਰੀ ਮੇਰੇ ਨਾਲ ਲਾ ਕੇ ਕੈਟਰ 'ਚ, ਕੈਟਰ ਕੰਪਨੀ ਦੀ ਬਹੁਤ ਬਿਲਕੁਲ ਬਿਲਕੁਲ ਤੇ ਫਿਰ ਭਰਾਵਾਂ ਨੇ ਜਦੋਂ ਟੇਪ ਕੀਤੀ ਬਸ ਫਿਰ ਟੇਪ ਤੋਂ ਬਾਅਦ ਚੱਲ ਸੋ ਚੱਲ ਹਿੱਟ ਹੋ ਗਈ ਟੇਪ, ਕੌਣ ਫੋਨ ਚ ਟੱਡੀ ਦੀ ਵਾਂਗੂ ਬੋਲਦੀ ਜਦੋਂ ਗਾਣਾ ਸੀਗਾ ਤੇਰੇ ਬਾਜੋ ਸਾਰਾ ਕਾਲਜ ਕਾਲਜ ਤੱਕ ਦੇ ਸਾਹ ਸਾਹ ਸੁਣਦੇ ਇੱਕ ਗਾਣਾ ਸੀ ਸਾਡੇ ਇੰਡੀਆ 'ਚ ਰੀਜਕ ਬਥੇਰਾ ਭੁੱਖਿਆ ਰੀਜ ਕਰਦੇ ਆ ਇੱਦਾਂ ਕਰਕੇ ਫਿਰ ਉਹ ਟੇਪ ਬਹੁਤ ਹਿੱਟ ਹੋ ਗਈ ਤਾਂ ਫਿਰ ਤਾਂ ਕਾਲਜ ਦੇ ਵਿੱਚ ਮਤਲਬ ਦੁਨੀਆ ਦਾ ਲੈਣ ਲੱਗ ਗਈ ਮੇਰੇ ਕੋਲ, ਇੰਨੇ ਪ੍ਰੋਗਰਾਮ ਲੈ ਕੇ ਕਾਲਜ 'ਚ ਆ ਜਾਂਦੇ ਜੀ, ਪੈਸੇ ਲੈ ਕੇ ਨਾ ਕਾਲਜ 'ਚ ਬੁੱਕ ਕਰੀ ਜਾਂਦਾ ਜੀ ਮੈਂ। ਅੱਛਾ ਜੀ, ਹਾਂ ਕਿਆ ਬਾਤ। ਉਸ ਤੋਂ ਬਾਅਦ ਫਿਰ ਅਸੀਂ ਜੀਰਕਪੁਰ ਆਫਿਸ ਬਣਾਇਆ ਆਪਣਾ ਪਰਮਾਤਮਾ ਨੇ ਇੰਨੀ ਕਾਮਯਾਬੀ ਦਿੱਤੀ। ਹੁਣ ਆਪਾਂ ਗੱਲ ਕਰਾਂਗੇ ਕਿ ਜਿਵੇਂ
ਤੁਸੀਂ ਕਿਹਾ ਕਿ ਡਾਇਰੈਕਟਲੀ ਸ਼ੋਅ ਸ਼ੁਰੂ ਕਰ ਲਏ, ਤੁਸੀਂ ਕਿਸੇ ਆਰਟਿਸਟ ਦੇ ਨਾਲ ਨਹੀਂ ਗਏ ਹੈ ਨਾ, ਕਿਸੇ ਨਾਲ ਵੀ ਨਹੀਂ ਗਏ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਬਾਹਰਲਾ ਦੌਰ, ਕਿਉਂਕਿ ਓਵਰਸੀਜ਼ ਜਿਹੜੇ ਸ਼ੋਅਜ਼ ਹੁੰਦੇ ਹੈ ਨਾ, ਉਹ ਪਹਿਲੀ ਵਾਰ ਕਦੋਂ ਗਏ ਕਰੇ? ਮੈਂ 98 ਦੇ ਵਿੱਚ ਫਸਟ ਟਾਈਮ ਗਿਆ ਸੀ ਅਮਰੀਕਾ, 98 'ਚ। 98 ਤੋਂ ਬਾਅਦ ਫਿਰ ਤਾਂ ਮੈਂ ਯੂਰਪ ਵੀ ਸਾਰਾ ਗਿਆ, ਮੈਂ ਹੋਲੈਂਡ ਜਿੱਦਾਂ, ਸਪੇਨ ਜਿੱਦਾਂ, ਸਾਰੇ ਜਗ੍ਹਾ, ਇਟਲੀ ਸਾਰੇ ਘੁੰਮ ਲਿਆ, ਨਿਊਜ਼ੀਲੈਂਡ, ਆਸਟ੍ਰੇਲੀਆ ਕਈ ਕਈ ਵਾਰ ਜਾ ਚੁੱਕਿਆ, ਕੈਨੇਡਾ, ਅਮਰੀਕਾ ਤਾਂ ਪਤਾ ਨਹੀਂ ਕਿੰਨੀ ਵਾਰ ਗਿਆ, ਸਾਰੇ ਪਾਸੇ ਪੂਰੀ ਦੁਨੀਆ ਦੇ ਵਿੱਚ ਗਾਣਾ ਪਹੁੰਚ ਜਾਂਦਾ ਹੈ ਨਾ, ਤੇ ਉਹਨਾਂ ਟਾਈਮਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਉਂਕਿ 97-96 ਦੀ ਗੱਲ ਕਰ ਲਈਏ, ਤਾਂ ਉਹਨਾਂ ਟਾਈਮਾਂ ਦੇ ਵਿੱਚ ਤਾਂ ਗਾਣਾ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸਿਆ ਕਿ ਪਟਿਆਲਾ, ਜ਼ੀਰਕਪੁਰ, ਹਰ ਅੰਬਾਲਾ ਹੈ ਨਾ, ਇਹ ਏਰੀਆਜ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੈ ਨਾ, ਜਿੱਥੇ ਜਿੱਥੇ ਤੱਕ ਆਪਾਂ ਡਿਸਟ੍ਰੀਬਿਊਟ ਕੀਤੀ ਹੋਈ ਆ ਆਪਣੀ ਐਲਬਮ ਹੈ ਨਾ, ਉੱਥੇ ਤੱਕ ਰਹਿ ਜਾਂਦਾ ਸੀਗਾ। ਤਾਂ ਬਾਹਰਲੇ ਸ਼ੋਅਜ਼ ਜਿਹੜੇ ਹੈਗੇ, ਉਹ ਕਿੱਦਾਂ ਮਤਲਬ ਕਿ ਅਪਰੋਚ ਹੁੰਦੇ ਸੀਗੇ? ਇਹ ਡਾਇਰੈਕਟ ਅਪਰੋਚ ਹੁੰਦੇ, ਹੁਣ ਵੀ ਮੈਂ 15 ਤਰੀਕ ਨੂੰ, ਮਾਰਚ ਨੂੰ ਜਾਣਾ ਮੈਂ ਆਸਟ੍ਰੇਲੀਆ ਸ਼ੋਅ ਮੇਰਾ ਮੈਲਬਨ 18 ਤਰੀਕ ਦਾ। ਹੁਣ ਤਾਂ ਭਾਈ ਕਿਉਂਕਿ ਟ੍ਰੈਂਡ ਬਦਲ ਗਿਆ, ਹੁਣ ਤਾਂ ਸੁਰਜੀਤ ਖਾਨ ਇੱਕ ਬ੍ਰਾਂਡ ਹੈ, ਲੋਕਾਂ ਨੂੰ ਪਤਾ ਹੈ, ਪਹਿਲਾਂ ਵੀ ਇੱਦਾਂ ਹੀ ਆਉਂਦੇ ਸੀ, ਜਿਵੇਂ ਪਹਿਲਾਂ ਵਾਲੇ ਦੌਰ ਦੀ ਆਪਾਂ ਗੱਲ ਕਰ ਰਹੀ, 90s ਦੇ ਦੌਰ ਦੀ ਜਿਵੇਂ ਹੈ ਨਾ। ਹਾਂ, ਜਦੋਂ ਮੇਰੀ 2001 ਦੇ ਵਿੱਚ ਐਲਬਮ ਆਈ ਸੀ ਮੇਰੀ ਕਿੱਕਲੀ ਪਾ ਕੇ, ਪੜ੍ਹਦਾ ਹੁੰਦਾ ਸੀ ਮੈਂ, ਉਹ ਐਲਬਮ ਨੇ ਬਹੁਤ ਚੱਕਿਆ, ਮਾਸਟਰ ਜਿੰਦ ਸਵਾੜਾ ਜੀ ਦੇ ਗਾਣੇ। ਮਾਸਟਰ ਜਿੰਦ ਸਵਾੜਾ ਜੀ ਦਾ ਮਤਲਬ ਇਹ ਆ ਵੀ ਉਹਨਾਂ ਦੇ ਜਿੰਨੇ ਕੁ ਗਾਣੇ ਮੈਂ ਗਾਏ ਨੇ ਸਾਰੇ ਹਿੱਟ ਹੋਏ ਨੇ, ਸਾਰੇ ਹਿੱਟ ਪਾ ਕੇ, ਜੱਟਾਂ ਦੇ ਹੁਸਨ ਹੁੰਦੇ, ਹੁਸਨ ਜੁੱਤੀ ਚੋਂ ਚੋਂ ਕਰਦੀ ਹੈ ਜੀ, ਰਾਤਾਂ ਕਾਲੀਆਂ, ਮਤਲਬ ਉਹ ਸਾਰੀਆਂ ਬੋਲੀਆਂ ਜ਼ਰੂਰ ਪਾਵਾਂਗੇ ਟੋਟਲੀ, ਪਤਾ ਨਹੀਂ ਮਤਲਬ ਮਾਸਟਰ ਜੀ ਨਾਲ ਮੇਰੇ ਇੰਨੇ ਸਟਾਰ ਮਿਲਦੇ ਉਹਨਾਂ ਨਾਲ, ਜਿੰਦ ਸਵਾੜਾ ਜੀ ਨਾਲ, ਅਤੇ ਜਿੰਨੇ ਵੀ ਗਾਣੇ ਉਹਨਾਂ ਨੇ ਲਿਖੇ ਨੇ ਮੇਰੇ ਲਈ, ਜਿਹੜਾ ਵੀ ਮੈਂ ਗਾਤਮਾ ਗਾਣਾ ਮਤਲਬ ਹਿੱਟ ਆ ਉਹ, ਤੇ ਸਾਰੇ ਗਾਣੇ ਭਾਈ, ਉਹ ਮੂੰਹ ਜਵਾਨੀ ਸਾਰੇ ਗਾਣੇ ਯਾਦ ਵੀ ਨੇ ਹੈ ਨਾ। ਹੁਸਨ ਐਲਬਮ ਤਾਂ ਮਤਲਬ ਕਿ ਹੁਸਨ ਗਾਣਾ ਤਾਂ ਇੰਨਾ ਰਿਪੀਟ ਦਾ ਸੁਣਿਆ, ਉਸ ਤੋਂ ਬਾਅਦ ਉਸਦੇ ਸੋਹਣੀ ਮਹੀਵਾਲ ਦੇ ਵਿੱਚ ਇਹਨਾਂ ਗਾਣਾ ਸੀਗਾ, ਹੌਸਲੇ ਬੁਲੰਦ ਰੱਖੀਏ, ਅਤੇ ਉਹ ਸਾਰੇ ਗਾਣੇ ਮਤਲਬ ਕਿ ਇੰਨੇ ਪਿਆਰੇ ਆ ਨਾ, ਉਹ ਅੱਜ ਵੀ ਸਾਰੇ ਮਤਲਬ ਕਿ ਉਸੇ ਤਰੀਕੇ ਨਾਲ ਯਾਦ ਹੈ। ਅਤੇ ਕਿੱਕਲੀ ਦੇ ਵਿੱਚ ਜਿਹੜੀ ਹੇਕ ਲਗਾਈ ਹੋਈ ਹੈ, ਇੱਕ ਰਿਕਾਰਡ ਕਾਇਮ ਕਰਤਾ ਸੁਰਜੀਤ ਖਾਨ ਦਾ, ਉਸ ਨੇ ਮੈਨੂੰ ਬਹੁਤ ਫੇਮ ਦਿੱਤਾ ਐਕਚੁਲੀ, ਪੂਰੇ ਚਾਰ ਚੁਫੇਰੇ ਮੇਰੀ ਪਛਾਣ ਉਸ ਐਲਬਮ ਨੇ ਬਣਾਈ ਹੈ, ਕਿੱਕਲੀ ਉੱਦਾਂ, ਹਾਂ ਕਿੱਕਲੀ, ਉੱਦਾਂ ਦਾ ਮੈਂ ਚੱਲਦਾ ਸੀ, ਮਤਲਬ ਹੁਣ ਤਾਂ ਵੀ ਤੁਸੀਂ ਕਿਸੇ ਕੋਨੇ 'ਚ ਮੈਂ ਪ੍ਰੋਗਰਾਮ ਛੱਡਿਆ ਹੀ ਨਹੀਂ, ਇੱਥੇ ਵੀ ਨਹੀਂ ਛੱਡਿਆ, ਬਾਹਰ ਵੀ ਨਹੀਂ ਛੱਡਿਆ ਜੀ, ਕਿੰਨੇ ਕੁ ਲਾ ਲਏ ਸ਼ੋਅ ਮੈਂ ਹੈ ਨਾ, ਹੁਣ ਤਾਂ ਮਤਲਬ ਹੁਣ ਤਾਂ ਮੈਨੂੰ ਪਤਾ ਹੀ ਲੱਗਦਾ ਸ਼ੋਅ ਦੇ ਉੱਤੇ, ਜਿੱਦਾਂ ਹੁਣ ਗਾਣੇ ਇੰਨੇ ਆ ਗਏ ਮਾਰਕੀਟ 'ਚ ਜੀ, ਹੁਣ ਤਾਂ ਮੈਂ ਹਿੱਟ ਹਿੱਟ ਵੀ ਗਾਣਾ ਬਣੇ ਗਾਣੇ ਜੀ, ਤਾਂ ਪ੍ਰੋਗਰਾਮ ਨਿਕਲੇ। ਅਤੇ ਜੇ ਆਪਾਂ ਹੁਣ ਹੇਕ ਦੀ ਗੱਲ ਕਰੀਏ, ਕਿਉਂਕਿ ਉਸ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਸੁਰਜੀਤ ਬਿੰਦਰਖੀਆ ਜੀ ਦਾ ਹੈ ਨਾ ਇੱਕ ਰਿਕਾਰਡ ਸੀਗਾ ਕਿ ਉਹਨਾਂ ਨੇ ਹੇਕ ਲੰਬੀ ਲਗਾਉਣੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਵੀ ਅੱਗੇ ਓਵਰਟੇਕ ਕਰਕੇ ਉਹਨਾਂ ਤੋਂ ਵੀ ਅੱਗੇ ਨਿਕਲ ਗਏ ਹੈ ਨਾ। ਸੋ ਉਹ ਆਈਡੀਆ ਕਿਹਦਾ ਸੀਗਾ ਕਿ ਆਪਾਂ ਕਿਸੇ ਨੂੰ ਕੰਪੀਟ ਕਰਕੇ ਬੀਟ ਕਰਨਾ ਹੈ, ਜਾਂ ਮਤਲਬ ਕਿ ਵੈਸੇ ਹੀ ਨਹੀਂ? ਪੰਜਾਬ ਦੇ ਵਿੱਚ ਇੱਕ ਨਾ ਖੁੱਲ੍ਹੀ ਗਾਇਕੀ ਨੂੰ ਪਸੰਦ ਬਹੁਤ ਕਰਦੇ ਆ ਲੋਕ, ਬਹੁਤ ਛੇਤੀ ਐਕਸੈਪਟ ਕਰ ਲੈਂਦੇ ਆ ਜੀ, ਜਿਹੜਾ ਖੁੱਲ੍ਹਾ ਗਾਉਣ ਵਾਲਾ ਫੋਕ ਸਿੰਗਰ ਜਿੰਨੇ ਵੀ ਅੱਜ ਤੱਕ ਆਏ ਨੇ ਹੈ ਨਾ, ਬਿੰਦਰਖੀਏ ਤਾਂ ਕਮਾਲ ਸਿੰਗਰ ਆ, ਬਿੰਦਰਖੀਆ ਬਹੁਤ ਅਸ਼ਕਾਲ, ਉਹਨਾਂ ਨੂੰ ਉਹਨਾਂ ਦੇ ਮੈਂ ਬਹੁਤ ਗਾਣੇ ਗਾਏ ਪਹਿਲਾਂ ਹੈ ਨਾ ਜਦੋਂ ਆਏ। ਅਤੇ ਬਟ ਇਹ ਆ ਕਿ ਹੇਕ ਲਾਈ ਜਦੋਂ ਤੁਸੀਂ ਨੇੜੇ ਹੀ ਪਹੁੰਚ ਜਾਂਦੇ ਹੋ, ਮੈਂ 30 ਸੈਕਿੰਡ ਦੀ ਹੇਕ ਲਾਈ ਸੀ ਉਦੋਂ ਇਹਦੇ 'ਚ ਹੈ ਨਾ ਕਿੱਕਲੀ 'ਚ, ਹਾਂ ਉਹ ਪ੍ਰੋਮੋ ਹੀ ਚੱਲਦਾ ਸੀ 30 ਸੈਕਿੰਡ ਦਾ ਜੀ, ਅਸੀਂ ਪਹਿਲਾਂ ਮਨ 'ਚ ਲਾ ਕੇ ਰੱਖਿਆ ਸੀ ਪ੍ਰੋਮੋ ਪੂਰਾ ਹੇਕ ਦਾ ਹੀ ਚਲਾਉਣਾ ਹੈ ਨਾ, ਉਹ ਚਲੋ ਇੰਨੀ ਲਾਤੀ ਅਤੇ ਹੇਕ ਅਤੇ ਉਹ ਲੋਕਾਂ ਨੂੰ ਲੱਗਦਾ ਵੀ ਬਹੁਤ ਵੱਡਾ ਕੁਛ, ਇਹਦਾ ਅਲੱਗ ਅਲੱਗ ਹੀ ਹੋ ਗਿਆ ਯਾਰ, ਲੱਗ ਗਿਆ, ਪਰ ਉਹ ਹੇਕ ਹੈ, ਇਹਦੀ ਫਿੱਟ ਆਈ ਸਾਡੇ ਕਿੱਕਲੀ ਦੇ ਵਿੱਚ, ਉਹ ਰਾਤੋਂ ਰਾਤ ਲੋਕ ਚਰਚਾ ਛੇੜ ਬੰਦਾ ਆਇਆ ਬੱਲੇ ਬੱਲੇ ਹੇਕ ਬਹੁਤ ਵੱਡੀ ਹੈ ਨਾ ਜੀ। ਸੋ ਇਹ ਬਸ ਕੁਦਰਤੀ ਹੈ, ਪੰਜਾਬ ਨੂੰ ਇੱਕ ਪੰਜਾਬ ਦੇ ਵਿੱਚ ਧੱਕੜ ਪਾਉਣਾ ਬਹੁਤ ਚੱਲਦਾ ਜੀ, ਬਿਲਕੁਲ, ਜਿਹਦਾ ਧੱਕੜ ਪਾਉਣਾ ਨਾ ਜਿਹੜਾ ਆਪਾਂ ਕਹਿ ਦਿੰਦੇ ਜਿਹਨੂੰ ਵੀ, ਉਹ ਐਕਚੁਲੀ ਸਾਡਾ ਬਲੱਡ ਪੰਜਾਬੀਆਂ ਦਾ ਜੋਸ਼ੀਲਾ ਜੋਸ਼ੀਲੀ ਗੱਲ ਕਰਦੇ ਹੋ ਨਾ, ਉਹ ਐਕਸੈਪਟ ਕਰਦੇ ਛੇਤੀ ਬਹੁਤ ਜੀ, ਕਿਉਂਕਿ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ, ਕੁਰਬਾਨੀਆਂ ਬਥੇਰੀਆਂ ਆਪਣੇ ਪੰਜਾਬੀਆਂ ਨਾਲ ਦਿੱਤੀਆਂ ਜੀ, ਸੋ ਇਸ ਕਰਕੇ ਉਸ ਚੀਜ਼ ਨੂੰ ਬਹੁਤ ਜਲਦੀ ਐਕਸੈਪਟ ਕਰਦੇ। ਤੁਸੀਂ ਸ਼ੁਰੂ ਤੋਂ ਹੀ ਆਪਣਾ ਮਤਲਬ ਕਿ ਬਣਾ ਕੇ ਉਹ ਰੱਖਿਆ ਕਿ ਮੈਂ ਜਿਹੜੇ ਹਾਈ ਸਕੇਲ ਗਾਣੇ ਹੈਗੇ ਆ ਉਹੀ ਜ਼ਿਆਦਾਤਰ ਕਰਨੇ ਆ, ਅਤੇ ਲੋਕਾਂ ਨੇ ਪਸੰਦ ਵੀ ਪੂਰੇ ਉਸੇ ਸੱਤੀ ਵੀਰ, ਮੈਂ ਨਾ ਚੇਂਜ ਕਰਕੇ ਕਰਦਾ ਜਿੱਦਾਂ ਮੇਰਾ ਗਾਣਾ ਬਹੁਤ ਹਿੱਟ ਹੋਇਆ ਸੀਗਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ, ਬਿਲਕੁਲ, ਹਾਂ ਉਸ ਤੋਂ ਬਾਅਦ ਮੈਂ ਕੀਤਾ ਉਸੇ ਮੂਡ ਦਾ ਗਾਣਾ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਕੇ ਜੇ ਦੱਸਾਂ, ਬਹੁਤ ਦਿਲ ਦੀ ਕਿਤਾਬ, ਦਿਲ ਦੀ ਕਿਤਾਬ ਸੁਪਰ ਹਿੱਟ, ਰੁੱਸ ਰੁੱਸ ਬਹਿਨਾ ਏ ਬਹਾਨਿਆਂ ਦੇ ਨਾਲ ਕਦੇ ਨਿਭ ਦੇਣਾ ਪਿਆਰ ਯਾਰਾ ਤਾਨਿਆਂ ਦੇ ਨਾਲ, ਉਸ ਤੋਂ ਬਾਅਦ ਫਿਰ ਆ ਜਾਓ ਸਟੱਬਰਨ ਜਿੱਦਾਂ ਵੱਡੇ ਵੱਡੇ ਬੈਲੀ ਸਾਰੇ ਗਾਣੇ ਭਾਜੀ, ਮਤਲਬ ਕਿ ਛੱਡਿਆ ਮੈਂ ਕਹਿੰਦਾ ਭਾਜੀ, ਜਿਵੇਂ ਹੁਣ ਆਪਾਂ ਪਹਿਲੇ ਵਾਲੇ ਆਰਟਿਸਟਾਂ ਦੀ ਗੱਲ ਕਰ ਲਈਏ ਹੈ ਨਾ, ਅਤੇ ਉਹਨਾਂ ਨੂੰ ਤਕਰੀਬਨ ਮਤਲਬ ਕਿ ਹੁੰਦਾ ਕਿ ਅਸੀਂ ਗਾਣੇ ਕਿੱਦਾਂ ਕੱਢੀਏ ਵੀ ਹੈ ਨਾ, ਅਤੇ ਸੁਰਜੀਤ ਖਾਨ ਇੱਕ ਐਸਾ ਨਾਮ ਹੈਗਾ ਜਿਹੜਾ ਕਿ ਅੱਜ ਤੱਕ ਉਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਰੱਖਿਆ ਹੋਇਆ, ਭਾਵੇਂ ਪਰਸਨੈਲਿਟੀ ਵਾਈਜ਼ ਕਰ ਲਈਏ
ਭਾਵੇਂ ਗਾਣੇ ਵਾਈਜ਼ ਕਰ ਲਈਏ ਭਾਵੇਂ ਸ਼ੋਜ਼ ਦੇ ਵਿੱਚ ਗੱਲ ਕਰ ਲਈਏ, ਕਿਤੇ ਵੀ ਮਤਲਬ ਕਿ ਕੋਈ ਤੋੜ ਨਹੀਂ ਹੈਗਾ। ਮੈਂ ਕੋਸ਼ਿਸ਼ ਕਰਦਾ ਸੱਤੀ, ਮੈਂ ਇਮਾਨਦਾਰੀ ਕਰਦਾ ਆਪਣੇ, ਮੈਂ ਜਦੋਂ ਪ੍ਰੋਗਰਾਮ 'ਤੇ ਜਾਂਦਾ ਮੇਰੇ ਸਰੋਤਿਆਂ ਨੇ ਬਹੁਤਾਂ ਨੇ ਦੇਖੇ, ਮੈਂ ਬਹੁਤ ਵਾਰੀ ਰਿਪੀਟ ਪ੍ਰੋਗਰਾਮ ਮਤਲਬ ਮੈਨੂੰ ਰਿਪੀਟ 'ਚ ਪ੍ਰੋਗਰਾਮ ਮਿਲ ਗਏ। ਸੋ ਇਹ ਮਿਲਣ ਦਾ ਕਾਰਨ ਇਹੀ ਹੁੰਦਾ ਜਦੋਂ ਤੁਸੀਂ ਆਪਣੇ ਕੰਮ ਦੇ ਨਾਲ ਇਮਾਨਦਾਰੀ ਕਰਦੇ। ਮੈਨੂੰ ਸ਼ੌਕ ਹੈ, ਮੇਰਾ ਇੱਕ ਵੀ ਕੋਈ ਬੰਦਾ ਮਿਸ ਕਰਦਾ ਨਾ ਕੋਈ, ਮੈਨੂੰ ਲੱਗਦਾ ਵੀ ਜੇ ਮੈਂ 100% ਪਾ ਰਿਹਾ ਤਾਂ ਬੰਦਾ ਦੂਜਾ ਵੀ 100% ਹੋਣਾ ਚਾਹੀਦਾ। ਮੈਂ 99% ਵੀ ਨਹੀਂ ਲਾਈਕ ਕਰਦਾ ਜੀ। ਸੋ ਮੈਂ ਇਸ ਕਰਕੇ ਚਾਹੁੰਦਾ ਮੇਰੇ ਨਾਲ ਮੁੰਡੇ ਨੇ ਜਿਹੜੇ ਉਹ ਵੀ 100% ਕੰਮ ਕਰਦੇ ਨੇ, ਇਸੇ ਕਰਕੇ ਇੱਕ ਸ਼ੋਅ ਸਕਸੈਸ ਹੁੰਦਾ ਸਾਡਾ ਜੀ। ਔਰ ਇਸੇ ਕਰਕੇ ਸਰੋਤ ਇੰਨਾ ਪਿਆਰ ਕਰਦੇ ਨੇ ਜੀ। ਜਿਹੜਾ ਸਿੰਗਰ ਖਾੜਿਆਂ 'ਚ ਕਾਮਯਾਬ ਹੈ ਨਾ ਉਹ ਦੁਨੀਆਂ 'ਤੇ ਕਦੇ ਫੇਲ ਨਹੀਂ ਹੋ ਸਕਦਾ, ਇਹ ਗਰੰਟੀ ਹੈ। ਕਿਆ ਬਾਤ ਹੈ, ਬਹੁਤ ਕੌੜਾ ਸੱਚ ਹੈ, ਬਿਲਕੁਲ ਭਾਈ। ਜਿਹੜਾ ਬੰਦਾ ਉਹ ਕਹੀ ਜਾਵੇ ਮੈਂ ਬਹੁਤ ਬਿਲੀਅਨ ਟ੍ਰਿਲੀਅਨ ਵਿਊ ਕਰ ਲਿਊ ਕਰ ਲੇ, ਜੇ ਉਹਨਾਂ ਕੋਈ ਸ਼ੋਅ ਨਹੀਂ ਹੈਗੇ, ਆਰਟਿਸਟ ਨਹੀਂ ਹੈ ਬੇਸਿਕਲੀ, 5 ਸਾਲ ਦੀ ਮਾਰ ਨਹੀਂ ਜੀ, 5 ਮੈਂ ਜ਼ਿਆਦਾ ਕਹਿਤਾ ਜੀ। ਜਿਹੜਾ ਆਰਟਿਸਟ ਸਟੇਜ 'ਤੇ ਪਾਸ ਹੈ ਨਾ, ਉਹ ਸਟੇਜ 'ਤੇ ਜਿਹੜਾ ਬੰਦਾ ਪਾਸ ਹੈ ਉਹ ਕਦੇ ਇਸ ਫੀਲਡ 'ਚ ਬਾਹਰ ਨਹੀਂ ਹੋ ਸਕਦਾ। ਅਤੇ ਜਿੰਦ ਸਵਾੜਾ ਜੀ ਦੀ ਤੁਸੀਂ ਗੱਲ ਕੀਤੀ ਸੀ ਹੈ ਨਾ, ਅਤੇ ਆਪਾਂ ਉਹਨਾਂ ਦਾ ਹੀ ਹੁਸਨ ਗਾਣਾ ਸੁਣਦੇ ਹਾਂ, ਅਤੇ ਕਿਉਂਕਿ ਉਹ ਬਹੁਤ ਕਰੀਬ ਵੀ ਹੈ ਦਿਲ ਦੇ, ਅਤੇ ਵੈਸੇ ਵੀ ਬਹੁਤ ਪਿਆਰਾ ਗਾਣਾ, ਉਹਦਾ ਵੀਡੀਓ ਵੀ ਬਹੁਤ ਪਿਆਰਾ ਬਣਿਆ ਹੋਇਆ ਸੀ। ਬਹੁਤ ਬਹੁਤ ਅੱਛਾ। ਉਹਨਾਂ 'ਤੇ ਮੈਂ ਉਹੀ ਗੱਲ ਕਰੀ ਜਾਂਦਾ ਵੀ ਉਹਨਾਂ ਦਾ ਜਿਹੜਾ ਗਾਣਾ ਨਾ ਲਿਖਣ ਦਾ ਜਿਹੜਾ ਸਟਾਈਲ ਹੈ ਉਹ ਮੈਚ ਨਹੀਂ ਕਰਦਾ ਕਿਸੇ ਨਾਲ, ਇਸੇ ਕਰਕੇ ਸੁਰਜੀਤ ਖਾਨ ਨੂੰ ਅਲੱਗ ਬਣਾਉਣਾ ਉਹੀ ਚੀਜ਼ ਹੈ। ਗਾਣੇ ਤਾਂ ਮੈਂ ਬਹੁਤ ਸਾਰੇ ਗਾਏ ਨੇ ਜੀ, ਪਰ ਉਹਨਾਂ ਦੇ ਗਾਣੇ ਮੈਂ ਅੱਜ ਤੱਕ ਹੁਸਨ ਬਹੁਤ ਟਾਈਮ ਪਹਿਲਾਂ ਆਇਆ ਗਾਣਾ, ਮੈਂ ਪੜ੍ਹਦਾ ਸੀ 2005 ਦੀ ਗੱਲ ਹੈ ਮੇਰੇ ਖਿਆਲ ਨਾਲ, 5 ਦੀ ਗੱਲ ਹੈ ਜੀ। ਦੇਖੋ ਕਿੰਨੇ ਸਾਲ ਹੋ ਗਏ ਗਾਣੇ ਨੂੰ, ਅੱਜ ਤੱਕ ਅੱਜ ਤੱਕ ਉਹ ਮੈਂ ਸਟੇਜ ਦੇ ਉੱਤੇ ਲੋਕੀ ਡਿਮਾਂਡ ਔਨ ਡਿਮਾਂਡ ਗਾਣਾ। ਹੁਸਨ ਭਾਜੀ ਆਪਾਂ ਹੁਸਨ ਦੀਆਂ ਲਾਈਨਾਂ ਸੁਣਦੇ ਹਾਂ। ਰੂਪ ਰੱਬ ਨੇ ਦਿੱਤਾ ਕਮਾਲ ਉਹਨੂੰ, ਹੈ ਵੱਖਰਾ ਹੀ ਹਾਰ ਸ਼ਿੰਗਾਰ ਉਹਦਾ, ਆਸ਼ਿਕ ਤਰਸਦੇ ਉਸ ਦੀ ਦੀਦ ਤਾਈਂ, ਕਿਸਮਤ ਨਾਲ ਹੀ ਹੁੰਦਾ ਦਿਦਾਰ ਉਹਦਾ, ਖੋਰੇ ਕੌਣ ਹੋ ਖੁਸ਼ ਨਸੀਬ ਐਸਾ, ਖੋਰੇ ਕੌਣ ਹੋ ਖੁਸ਼ ਨਸੀਬ ਐਸਾ, ਬਈ ਮਿਲੂ ਜੀ ਦੇ ਤਾਈਂ ਪਿਆਰ ਉਹਦਾ, ਤੋਰੇ ਉਹਦੀ ਨੂੰ ਵੇਖ ਕੇ ਮੋਰ ਸਲਾਮਾ ਕਰਦੇ ਨੇ, ਸੋਚਾਂ ਵਿੱਚ ਡੁੱਬ ਡੁੱਬ ਮਰਦੇ ਨੇ, ਉੜਦੇ ਪੰਛੀ ਸੋਹਣੀ ਵੇਖ ਕੇ ਗੱਲਾਂ ਕਰਦੇ ਨੇ, ਨਾ ਲੱਗ ਜਾਏ ਨਜ਼ਰੋਂ ਡਰਦੇ ਨੇ, ਉਹ ਬਦਲੀ ਵੇਖ ਕੇ ਰੰਗ ਵਟਾਉਂਦੀ ਫੁੱਲ ਫੁਲਕਾਰੀ ਦਾ, ਕੌਣ ਬਣੂਗਾ ਮਾਲਕ ਇਸ ਹੁਸਨ ਪਟਾਰੀ ਦਾ, ਫੁੱਲਾਂ ਦੀ ਖਿੜੀ ਕਿਆਰੀ ਦਾ, ਕੌਣ ਬਣੂਗਾ ਮਾਲਕ ਇਸ ਹੁਸਨ ਪਟਾਰੀ ਦਾ, ਦਾ ਦਾ ਹੋ। ਉਹ ਗਾਣੇ ਭਾਈ ਜਿਹਨਾਂ ਨੂੰ ਨਾ ਸੁਣ ਕੇ ਰਹਿ ਹੀ ਨਹੀਂ ਹੁੰਦਾ ਬਿਨਾਂ ਗਾਏ, ਭਾਵੇਂ ਕੋਈ ਬੰਦੇ ਨੂੰ ਆਉਂਦੇ ਹੋਣ ਨਾ ਗਾਣਾ ਆਉਂਦਾ ਹੋਵੇ ਨਾ ਆਉਂਦਾ ਹੋਵੇ, ਪਰ ਇਹ ਉਹ ਗਾਣੇ ਹੈ ਜਿਹਨੂੰ ਹਰ ਇੱਕ ਸੁਣਦਾ ਹੋਇਆ ਗਾਉਂਦਾ ਬੰਦਾ। ਅਜੇ ਇੰਨਾ ਲੈਂਥੀ ਗਾਣਾ ਮਾਸੀ ਦੇ ਗਾਣੇ ਹਰ ਇੱਕ ਕੋ ਕਾਬੂ ਵੀ ਨਹੀਂ ਆਉਂਦੇ ਜੀ। ਹਾਂ ਇਹ ਸਹੀ ਗੱਲ ਭਾਈ, ਇਹਦਾ ਸ਼ੇਅਰ ਜਿਹੜਾ ਬਿਲਕੁਲ ਬਿਲਕੁਲ ਜਿਹੜਾ ਇਹਦਾ ਸ਼ੇਅਰ ਹੈ ਨਾ, ਉੱਥੋਂ ਹੀ ਮਤਲਬ ਕਿ ਬੰਦਾ ਐਸਾ ਬੰਨਿਆ ਜਾਂਦਾ ਹੈ ਨਾ ਕਿ ਉਸ ਤੋਂ ਬਾਅਦ ਹਰ ਲਾਈਨ ਨੂੰ ਬੰਦਾ ਨਾਲ ਨਾਲ ਗਾਉਂਦੇ ਹੋਏ ਮਤਲਬ ਇਹ ਗਾਣੇ ਨੂੰ ਸੁਣਦਾ। ਬਿਲਕੁਲ ਮੈਂ ਪਤਾ ਲੱਗ ਜਾਂਦਾ ਥਿੜਕਣ ਗੇ ਲੱਗ ਜਾਊਗਾ ਯਾਰੀਆਂ ਕਮਾਈਆਂ ਮੇਰਾ ਇੰਨਾ ਵੱਜਦਾ ਗਾਣਾ ਜੀ ਜੀ ਡੀਜਿਆਂ ਤੇ ਬਹੁਤ ਵੱਜਦਾ ਉਹ ਮੈਂ ਪਹਿਲਾਂ ਉਹਦੀ ਕੰਪੋਜ਼ਿਸ਼ਨ ਕੀਤੀ ਹੋਈ ਅਸੀਂ ਤਾਂ ਮੰਨੋਗੇ ਅੱਛਾ ਬਾਅਦ ਚੋਂ ਗਾਣਾ ਦੋ ਦਿਨ ਬੰਦਿਆਂ ਦਿਆ ਸੀਗਾ ਸੁਮੀ ਟੱਪਣੀ ਵਾਲੇ ਨੇ ਫਿਰ ਬਾਈ ਨੇ ਤਾਂ ਇਹ ਗਾਣਾ ਫਿਰ ਉਹਨਾਂ ਪੂਰਾ ਕੀਤਾ ਬਹੁਤ ਵਧੀਆ ਲੱਗਿਆ ਮੈਂ ਕਿਹਾ ਯਾਰ ਗੱਲ ਬਹੁਤ ਅੱਛੀ ਆ ਵੀ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਯਾਰੀਆਂ ਕਮਾਈਆਂ ਗੱਲ ਅੱਛੀ ਸੀ ਤੇ ਉਹ ਰਿਕਾਰਡ ਕਰਤਾ ਤੇ ਰਵੀਵਾਲ ਦਾ ਮਿਊਜ਼ਿਕ ਸੀਗਾ ਤੇ ਰਿੰਪੀ ਪ੍ਰਿੰਸ ਨੇ ਵੀਡੀਓ ਬਣਾਇਆ ਸੀਗਾ ਜੀ ਉਹ ਸਾਰਾ ਕੰਬੀਨੇਸ਼ਨ ਤੁਹਾਡੀ ਰਵੀਵਾਲ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਮਤਲਬ ਕਿ ਜੋੜੀ ਬਹੁਤ ਵਧੀਆ ਸਟਾਰਸ ਜਿਹੜੇ ਹੈਗੇ ਮੈਚ ਕੀਤੇ ਹੈ ਨਾ ਹੈਡਲਾਈਨਸ ਦੀ ਗੱਲ ਕਰ ਲਈਏ ਹੈਡਲਾਈਨਰ 2 ਦੀ ਗੱਲ ਕਰ ਲਈਏ ਕਿਹੜਾ ਗਾਣਾ ਐਸਾ ਰਿਹਾ ਕਿ ਜਿਹੜਾ ਤੁਹਾਨੂੰ ਕਰਨ ਤੋਂ ਪਹਿਲਾਂ ਲੱਗਦਾ ਨਹੀਂ ਸੀ ਕਿ ਇਹ ਗਾਣਾ ਨਹੀਂ ਚੱਲੂਗਾ ਅਤੇ ਉਸ ਤੋਂ ਬਾਅਦ ਐਡਾ ਵੱਡਾ ਸੁਪਰ ਹਿੱਟ ਬਣ ਗਿਆ ਕਿ ਤੁਸੀਂ ਹੈਰਾਨ ਹੀ ਰਹਿ ਗਏ ਕਿ ਯਾਰ ਇਹ ਦਿਲ ਦੀ ਕਿਤਾਬ ਅਤੇ 5 ਸਾਲਾਂ ਤੋਂ ਮੇਰੇ ਕੋਲ ਗਾਣਾ ਪਿਆ ਸੀਗਾ ਅੱਛਾ ਜੀ ਗਾਣਾ ਬਹੁਤ ਪਿਆਰਾ ਭਾਜੀ ਸੱਚੀ ਅਸੀਂ ਇੱਕ ਗਾਣਾ ਸੀਗਾ ਇਹਦੇ 'ਚ ਐਵੇਂ ਨਹੀਂ ਛਣਕਦੀਆਂ ਝਾਂਜਰਾਂ ਛਣਕਾਉਂਦਾ ਕੋਈ ਹੋ ਮੁਖਤਿਆਰ ਸੋਤੇ ਨੇ ਬਣਾਇਆ ਸੀ ਜੀ ਅਤੇ ਅਸੀਂ ਉਹ ਗਾਣੇ ਉੱਤੇ ਜ਼ਿਆਦਾ ਐਕਸਾਈਟਮੈਂਟ ਦਿਖਾਈ ਵੀ ਪੈਸਾ ਵੀ ਜ਼ਿਆਦਾ ਲਾ ਰਹੇ ਸੀ ਉੱਤੇ ਵੀਡੀਓ ਵੀ ਇਹਦਾ ਬਹੁਤ ਵਧੀਆ ਬਣਾਉਣਾ
ਮੈਂ ਕਿਹਾ ਯਾਰ ਇਹ ਗਾਣਾ ਦਿਲ ਦੀ ਕਿਤਾਬ ਇਹਦਾ ਵੀ ਸਿੰਕ ਕਰ ਲਓ ਨਾਲ ਥੋੜਾ ਜਿਹਾ ਬਣਾ ਕੇ ਉਹ ਬਣਾ ਕੇ ਅਸੀਂ ਜਦੋਂ ਪਾਇਆ ਚੈਨਲ ਤੇ ਨਾਲ ਦੀ ਨਾਲ ਇੱਕ ਚੈਨਲ ਤੇ ਪਾਤਾ ਸੀ ਜਦੋਂ ਰਿਲੀਜ਼ ਕੀਤਾ ਉਹਦੇ ਕਮੈਂਟ ਆ ਜਾਣ ਤੇ ਬੜੇ ਲਾਈਕ ਬਹੁਤ ਵਧੀਆ ਉਹਦੇ ਮੈਂ ਕਿਹਾ ਕੋਈ ਚੈਨਲ ਨਾਲ ਛੇੜਛਾੜ ਤਾਂ ਨਹੀਂ ਕਰਦਾ ਵੀ ਐਵੇਂ ਵਿਊ ਵਧਾ ਦਿੰਦੇ ਸਾਡੇ ਹਾਂਜੀ ਉੱਪਰ ਜਿਹੜਾ ਗਾਣੇ ਦੇ ਪੈਸੇ ਲਾਏ ਸੀ ਉਹ ਚੱਲੇ ਨਹੀਂ ਉਹ ਸੁਪਰ ਡੁਪਰ ਆਲਾ 22 ਮਿਲੀਅਨ ਤੇ ਪਹੁੰਚਿਆ ਹੋਇਆ ਬਿਲਕੁਲ ਭਾਈ ਗਾਣਾ ਹੈ ਵੀ ਬਹੁਤ ਪਿਆਰਾ ਉਹ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਮੈਂ ਕਿੰਜ ਦੱਸਾਂ ਬੋਲ ਕੇ ਨਹੀਂ ਮੈਂ ਕਿੰਜ ਦੱਸਾਂ ਬੋਲ ਕੇ ਹੋਕੀ ਕੀ ਲਿਖਿਆ ਦਿਲ ਦੀ ਕਿਤਾਬ ਤੇ ਕਿੰਜ ਦੱਸਾਂ ਫੋਲ ਕੇ ਨਹੀਂ ਮੈਂ ਕਿੰਜ ਦੱਸਾਂ ਫੋਲ ਕੇ ਕੀ ਬਾਤ ਹੈ ਰਾਜ ਗੁਰਮੀਤ ਨੇ ਲਿਖਿਆ ਬਹੁਤ ਸੋਹਣਾ ਮੁਖਤਿਆਰ ਸੋਤੇ ਦਾ 뮤직 ਸੀਗਾ ਜੀ ਤੇ ਬਹੁਤ ਅੱਛਾ ਮੋਸਟਲੀ ਮੇਰੇ ਭਾਜੀ ਜਿਹੜੇ ਪਲੇਲਿਸਟ ਦੇ ਵਿੱਚ ਗਾਣੇ ਕੁਝ ਐਡ ਨੇ ਨਾ ਉਹਨਾਂ ਗਾਣਿਆਂ ਦੇ ਵਿੱਚ ਸੁਰਜੀਤ ਖਾਨ ਭਾਜੀ ਦਾ ਦਿਲ ਦੀ ਕਿਤਾਬ ਬਹੁਤ ਮੈਨੂੰ ਪਿਆਰਾ ਲੱਗਦਾ ਚੱਲਿਆ ਗਾਣਾ ਹੁਣ ਸਟਿਲ ਇਨ ਦਾ ਗੇਮ ਜਿਹੜਾ ਤੁਹਾਡਾ ਈਪੀ ਰਿਲੀਜ਼ ਹੋਇਆ ਉਹਦੇ ਵਿੱਚ 20 ਸੁਨਿਆਰੇ ਗਾਣੇ ਸੁਨਿਆਰੇ ਬਹੁਤ ਅੱਛਾ ਹੈ ਨਾ ਤੇ ਭੂਆ ਪਿੰਡ ਖੈਰ ਸਾਰੇ ਗਾਣੇ ਜਿੰਨੇ ਵੀ ਤੁਹਾਡੇ ਆਉਂਦੇ ਵੀ ਹੈਗੇ ਆ ਜਾਂ ਜਿਹੜੇ ਪਹਿਲੇ ਵੀ ਰਹੇ ਹੈ ਨਾ ਉਹ ਸਾਰੇ ਗਾਣੇ ਬਹੁਤ ਦਿਲ ਦੇ ਕਰੀਬ ਨੇ ਉਹਨਾਂ ਨੂੰ ਮਤਲਬ ਕਿ ਮੈਨੂੰ ਕਈ ਵਾਰ ਮੈਂ ਉਹੀ ਅੱਜ ਪੁੱਛਣਾ ਸੀ ਭਾਜੀ ਨੂੰ ਮੈਂ ਕਿਹਾ ਇਹਦੇ ਪਿੱਛੇ ਨਾ ਕੋਈ ਰਾਜ ਜਿਹੜਾ ਹੈਗਾ ਭਾਜੀ ਨੂੰ ਪੁੱਛਣਾ ਉਹ ਕਿ ਗਾਣੇ ਜਿਹੜੇ ਇੰਨੇ ਵਧੀਆ ਵਧੀਆ ਬਣਦੇ ਆ ਉਹ ਕਿਸ ਤਰ੍ਹਾਂ ਬਣਦੇ ਆ ਯਾਰ ਸਾਨੂੰ ਵੀ ਕੋਈ ਐਸੀ ਜੜੀ ਬੂਟੀ ਜਿਹੜੀ ਹੈਗੀ ਤੁਸੀਂ ਸਾਨੂੰ ਤੇ ਜੜੀ ਬੂਟੀ ਕੋਈ ਨਹੀਂ ਹੈਗੀ ਬਸ ਮੇਰਾ ਨਾ ਇਸ ਪਾਸੇ ਨੂੰ ਥੋੜ੍ਹਾ ਜਿਹਾ ਰੁਝਾਨ ਜ਼ਿਆਦਾ ਆ ਠੀਕ ਤਾਂ ਹੁੰਦਾ ਨਾ ਵੀ ਚਲੋ ਤੁਸੀਂ ਕੰਮ ਕਰ ਲਿਆ ਮੈਂ ਗਾਣਾ ਬਣਾ ਕੇ ਦੁਬਾਰੇ ਜਦੋਂ ਰਿਲੀਜ਼ ਹੋ ਗਿਆ ਗਾਣਾ ਮੈਂ ਨਹੀਂ ਦੁਬਾਰੇ ਸੁਣਦਾ ਜੀ ਨਾ ਬਿਲੀਵ ਕਰੋਗੇ ਅੱਜ ਤੱਕ ਮੈਂ ਮੇਰਾ ਜਿੱਦਾਂ ਲੱਗਦਾ ਜਿੱਦਾਂ ਸਟੇਜ ਦੇ ਉੱਤੇ ਜਿੱਦਾਂ ਓਰੀਜਨਲ 뮤직 ਵੱਜਦਾ ਹੁੰਦਾ ਜਿੱਦਾਂ ਕੈਸਟ ਚੱਲਦੀ ਹੁੰਦੀ ਆ ਮੁੰਡੇ ਇੰਨੇ ਤਿਆਰ ਨੇ ਸਾਡੇ ਜੀ ਤੇ ਮੈਂ ਕਦੇ ਰਿਹਰਸਲ ਨਹੀਂ ਕੀਤੀ ਅੱਜ ਤੱਕ ਮਜੀਸ਼ੀਅਨ ਨਾਲ ਬਹਿ ਕੇ ਕਦੇ ਰਿਹਰਸਲ ਨਹੀਂ ਕੀਤੀ ਅੱਛਾ ਜੀ ਨਾ ਸਿੱਧਾ ਅੱਜ ਤੱਕ ਨਹੀਂ ਕੀਤੀ ਕਦੇ ਮੈਂ ਸੱਚੀ ਕਹਿੰਦਾ ਔਨ ਸਟੇਜ ਔਨ ਸਟੇਜ ਉਹਨਾਂ ਨੇ ਕੱਢ ਹੀ ਲੈਣਾ 뮤직 ਆਪਣਾ ਆਪਣਾ ਪਾਰਟ ਮੈਂ ਕਿਹਾ ਸਾਰੇ ਆਪਣਾ ਆਪਣਾ ਪਾਰਟ ਪਲੇ ਕਰੋ ਮੈਂ ਆਪਣੇ ਆਪ ਚ ਵੜ ਜਾਣਾ ਵਿੱਚ ਬਿਲਕੁਲ ਬਸ ਉਹ ਪਤਾ ਨਹੀਂ ਲੱਗਦਾ ਬਿਲਕੁਲ ਭਾਈ ਟੀਮ ਨਾਲ ਇਦਾਂ ਹੀ ਹੁੰਦਾ ਹੈ ਨਾ ਕਿ ਤੁਸੀਂ ਆਪਣਾ ਬੈਸਟ ਦਿਓ ਮੈਂ ਆਪਣਾ ਬੈਸਟ ਦਵਾਂਗਾ ਪਰ ਬਹੁਤ ਵਧੀਆ ਭਾਜੀ ਤੁਹਾਡੀ ਥਿਊਰੀ ਵੀ ਹੈ ਤੇ ਕਾਮਯਾਬੀ ਥਿਊਰੀ ਹੈਗੀ ਹੈ ਇਹ ਦੇਖੋ ਮੈਂ ਤਾਂ ਉਹੀ ਗੱਲ ਕਰਦਾ ਕਿ ਵੀ ਕੰਮ ਚੰਗਾ ਹੋਊਗਾ ਨਾ ਚੰਗਾ ਤੁਹਾਡੇ ਕੋਲ ਸਮਾਨ ਹੈ ਜਿੱਥੇ ਮਰਜ਼ੀ ਭਾਵੇਂ ਬਾਹਰ ਦੇ ਜਾ ਕੇ ਦੁਕਾਨ ਖੋਲੋ ਉੱਥੇ ਵੀ ਗਾਹਕ ਨੇ ਆ ਜਾਣਾ ਜੇ ਸਮਾਨ ਨਹੀਂ ਹੈਗਾ ਫਿਰ ਕੁਛ ਨਹੀਂ ਤੇ ਭਾਜੀ ਇਸ ਲਾਈਨ 'ਚ ਆਉਣ ਤੋਂ ਪਹਿਲਾਂ ਕਿਸੇ ਨੇ ਰੋਕ ਟੋਕ ਵੀ ਕੀਤੀ ਭਾਜੀ ਨੂੰ ਕਿ ਤੁਸੀਂ ਇਸ ਲਾਈਨ 'ਚ ਨਹੀਂ ਜਾਣਾ ਯਾਰ ਹੋਰ ਕੁਛ ਕਰ ਲਓ ਘਰ ਦੇ ਉਹ ਕਹਿੰਦੇ ਸੀ ਇਦਾਂ ਵੀ ਦਾਦਾ ਜੀ ਮੇਰੇ ਨਹੀਂ ਯਾਰ ਕਹਿੰਦਾ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਸ ਲੈਵਲ 'ਤੇ ਆ ਜਾਣਾ ਗੇਮ ਘੁੰਮਣੀ ਹੈ ਅਤੇ ਬਸ ਉਹ ਮੈਂ ਇੱਕ ਵਾਰ ਜਿੱਦਾਂ ਕਾਫੀ ਟਾਈਮ ਪਹਿਲਾਂ ਉਹ ਇੱਧਰ ਮੇਰੇ ਦਾਦਾ ਜੀ ਭਲਵਾਨੀ ਕਰਦੇ ਸੀ ਬਹੁਤ ਵਧੀਆ ਭਲਵਾਨ ਸੀ ਅਤੇ ਉਹ ਇੱਧਰ ਗਏ ਕਿਤੇ ਹਰਿਆਣੇ 'ਚ ਕਰਨਾਲ ਸਾਈਡ ਗਏ ਉਹਨੇ ਕਿਤੇ ਉਦੋਂ ਮੇਰੀ ਚੱਲ ਗਈ ਸੀ ਐਲਬਮ ਆ ਗਈ ਸੀ ਇੱਕ ਦੋ ਐਲਬਮ ਆ ਗਏ ਸੀਗੇ ਅਤੇ ਉਹ ਉੱਥੇ ਚਰਚਾ ਕਰੀ ਜਾਣਾ ਉਹਨਾਂ ਨੇ ਜਦੋਂ ਮੇਰਾ ਨਾਂ ਲਿਆ ਕਹਿੰਦੇ ਉਹ ਕਹਿੰਦੇ ਕਿਹਦੀ ਗੱਲ ਕਰਦੇ ਕਹਿੰਦਾ ਹਾਂ ਇਹ ਸਿੰਗ ਮੁੰਡਾ ਸਿੰਗਰ ਹੈ ਉਹ ਕਹਿੰਦਾ ਅੱਛਾ ਤੁਸੀਂ ਜਾਣਦੇ ਨੇ ਕਹਿੰਦਾ ਹਾਂ ਕਹਿੰਦਾ ਇਹ ਤਾਂ ਮੇਰਾ ਪੋਤਾ ਅੱਛਾ ਇੱਦਾਂ ਕਹੀ ਜਾਂਦਾ ਅੱਛਾ ਮੇਰੇ ਕੋਲ ਦਾਦਾ ਜੀ ਮੇਰੇ ਸ਼ਾਮ ਨੂੰ ਕਹਿੰਦੇ ਉਰੇ ਆ ਕਹਿੰਦਾ ਤੇਰਾ ਪੈ ਗਿਆ ਰੌਲਾ ਬਹੁਤ ਹੁਣ ਕਹਿੰਦਾ ਕਹਿੰਦਾ ਤੂੰ ਇੱਦਾਂ ਕਰ ਵੀ ਗਾਉਣਾ ਕਰਦੇ ਬੰਦ ਵੀ ਆਪਾਂ ਕੋਈ ਨੌਕਰੀ ਲੱਗ ਜਾਂਦੇ ਕਿਸੇ ਨੂੰ ਪੈਸੇ ਪੂਸੇ ਦੇ ਕੇ ਤੇਰਾ ਰੌਲਾ ਪੈ ਗਿਆ ਤੂੰ ਗਾਉਣਾ ਕਰਦੇ ਬੰਦ ਉਹਨੂੰ ਪਤਾ ਨਹੀਂ ਸੀਗਾ ਉਹ ਕਹਿੰਦਾ ਕਲਾਕਾਰਾਂ ਦੇ ਦੁਸ਼ਮਣ ਬਹੁਤ ਹੁੰਦੇ ਆ ਉਹਨੇ ਲਿਟਰਲੀ ਇਹ ਗੱਲ ਕਹੀ ਸੀ ਮੈਨੂੰ ਅਤੇ ਉਹ ਕਹਿੰਦਾ ਕਲਾਕਾਰਾਂ ਦੇ ਦੁਸ਼ਮਣ ਬਹੁਤ ਹੁੰਦੇ ਕਿਤੇ ਗਾਉਣਾ ਬੰਦ ਕਰਦੇ ਮੇਰੇ ਕੋਲ ਪਏ ਕੁਛ ਪੈਸੇ ਆਪਾਂ ਕਰਕੇ ਕਿਸੇ ਨੂੰ ਦੇ ਕੇ ਦੋਗੇ ਤਾਂ ਨੌਕਰੀ ਲੱਗ ਜਾ ਸਰਕਾਰੀ ਮਤਲਬ ਉਹਨਾਂ ਦੀ ਥਿੰਕਿੰਗ ਇੱਦਾਂ ਦੀ ਸੀਗੀ ਫਿਰ ਮੈਂ ਉਹਨੂੰ ਕੀ ਕਹਿਣਾ ਸੀਗਾ ਮੈਂ ਕਿਹਾ ਮੈਂ ਤਾਂ ਰੌਲਾ ਪਾਉਣ ਥਾਂ ਤਾਂ ਘੁੰਮਦਾ ਵੀ ਮੇਰਾ ਰੌਲਾ ਪਵੇ ਹੋਰ ਉਸ ਤੋਂ ਬਾਅਦ ਵੀ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਈ ਹੁੰਦਾ ਅਤੇ ਗੱਲ ਮੰਨਦੇ ਭਾਅ ਜੀ ਕਿਉਂਕਿ ਵਾਕਈ ਇਹ ਹੁਣ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਲਾਕਾਰਾਂ ਦੇ ਵਾਕਈ ਜਿੱਥੇ ਚਾਹੁਣ ਵਾਲੇ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਹੁੰਦੇ ਆ ਉੱਥੇ ਪਤਾ ਨਹੀਂ ਹੁੰਦਾ ਕਿ ਕਿਹੜਾ ਬੰਦਾ ਤੁਹਾਨੂੰ ਕਿੱਥੇ ਬੈਠ ਕੇ ਟਾਰਗੇਟ ਕਰ ਰਿਹਾ ਕਿਸੇ ਚੀਜ਼ ਦੇ ਲਈ ਸੱਤੇ ਦੇਖੋ ਕਹਿੰਦੇ ਹੁੰਦੇ ਨਾ ਭਰਾਵਾ ਮੈਂ ਤਾਂ ਸਾਡਾ ਨਾ ਕਿਸੇ ਨਾਲ ਵੈਰ ਹੋਇਆ ਅੱਜ ਤੱਕ ਨਾ ਕਦੇ ਕੋਈ ਪੰਗਾ ਪਿਆ ਪੰਗਾ ਪੈਂਦਾ ਹੁੰਦਾ ਉਦੋਂ ਜਦੋਂ ਤੁਸੀਂ ਮੈਂ ਇਹ ਸੋਚ ਕੇ ਜਾਂਦਾ ਹਮੇਸ਼ਾ ਵੀ ਮੈਂ ਉਹਨੂੰ ਲੋਕਾਂ ਬੰਦੇ ਨੇ ਪੈਸੇ ਦਿੱਤੇ ਆ ਉਸ ਖੁਸ਼ੀ ਨੂੰ ਹੋਰ ਵੱਡੀ ਕਰਨ ਵਾਸਤੇ ਮੈਂ ਉਹਦੀ 100% ਪਾ ਕੇ ਆਉਂਦਾ ਆਪਣੇ ਬਹੁਤ ਖੁਸ਼ ਹੁੰਦੇ ਆ ਬੰਦੇ ਮੈਨੂੰ ਤਾਂ ਬਹੁਤ ਹੈਪੀ ਕਰਕੇ ਭੇਜਦੇ ਨੇ ਬੰਦੇ ਜੀ ਸਾਨੂੰ ਤਾਂ ਯਾਰ ਪੈਸੇ ਮੰਗਣੇ ਦੀ ਗੱਲ ਕੀ ਸਾਨੂੰ ਦੇ ਕੇ ਜਾਂਦੇ ਨੇ ਲੋਕ ਜੀ 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 ਹੈ ਨਾ ਆਰਟਿਸਟ ਨਾਲ ਸੀ ਬਿਲਕੁਲ ਸੋ ਚੰਗਾ ਲੱਗਦਾ ਸਾਰੇ ਪਤਾ ਨਹੀਂ ਮੈਨੂੰ ਪਤਾ ਹੁਣ ਕੀ ਨਵਾਂ ਚੱਲੀ ਜਾਂਦਾ ਕੰਟਰੋਵਰਸੀਆਂ ਹੋ ਗਈਆਂ ਤੁਸੀਂ ਮੈਨੂੰ ਮੇਰੀ ਇੱਕ ਵੀ ਚੈਨਲ ਦੇ ਖੋਲ ਕੇ ਦਿਖਾਓ ਮੇਰੀ ਕੋਈ ਭਾਅ ਜੀ ਬਿਲਕੁਲ ਮੈਂ ਉਹ ਗੱਲ ਮੰਨਦੇ ਹਾਂ ਆਪਾਂ ਇਸ ਗੱਲ ਵਾਸਤੇ ਕਿ ਮਤਲਬ ਕਿ ਉਹਨਾਂ ਆਰਟਿਸਟਾਂ ਦੇ ਵਿੱਚ ਭਾਅ ਜੀ ਤੁਸੀਂ ਤੁਹਾਡਾ ਨਾਮ ਦਰਜ ਹੈਗਾ ਕਿ ਕੋਈ ਮਤਲਬ ਕਿ ਕੰਟਰੋਵਰਸੀ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਬਟ ਗਾਣਾ ਆਉਣਾ ਗਾਣਾ ਸੁਪਰ ਹਿੱਟ ਦੇਣਾ ਉਸ ਤੋਂ ਬਾਅਦ ਆਪਣਾ ਫਿਰ ਕੰਮ 'ਤੇ ਲੱਗ ਜਾਣਾ ਆਪਣਾ ਕੰਮ ਇਹ ਹੈ ਜੀ ਮੇਰਾ ਨਹੀਂ ਕਿ ਹਰ ਫੀਲਡ 'ਚ ਉਹੀ ਕੰਮ ਆ ਹੁਣ ਤੁਸੀਂ ਆਪਣਾ ਕੰਮ ਕਰਦੇ ਤੁਸੀਂ ਕੰਮ ਕਰੋ ਆਪਣਾ ਦੈਟਸ ਇਟ
ਹੋਰ ਚੰਗੇ ਚੰਗੇ ਟੈਲੈਂਟ ਨੂੰ ਮੋਹਰੇ ਲੈ ਕੇ ਉਹੀ ਆਪਣਾ ਫਰਜ਼ ਹੈ ਫਰਜ਼ ਵੀ ਆਪਣਾ ਅਸੀਂ ਪੰਜਾਬੀ ਮਾਂ ਬੋਲੀ ਦੇ ਜਿਸ ਗਾਉਂਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਚੰਗੇ ਤਰੀਕੇ ਨਾਲ ਪ੍ਰੈਜੈਂਟ ਕਰੀਏ ਉਹ ਗੱਲ ਤਾਂ ਹੀ ਹੈ ਨਾ ਅੱਛੀ ਹੈ ਪਰ ਕਈ ਵਾਰ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਸਰੋਤਿਆਂ 'ਤੇ ਕਈ ਵਾਰ ਥੋੜ੍ਹਾ ਸ਼ਿਕਵਾ ਹੋ ਜਾਂਦਾ ਮੈਂ ਅੰਮ੍ਰਿਤ ਪ੍ਰਚਾਰ ਇੱਕ ਐਲਬਮ ਬਣਾਈ ਸੀ ਬਹੁਤ ਵਧੀਆ ਲਾਲਾਂ ਦੀ ਕੁਰਬਾਨੀ ਕੱਢੀ ਮੈਂ ਧਾਰਮਿਕ ਅੰਮ੍ਰਿਤ ਪ੍ਰਚਾਰ ਹੁਣ ਦੋ ਗਾਣੇ ਕੱਢੇ ਚਲੋ ਅੱਛੀ ਪਸੰਦ ਕਰਦੇ ਨੇ ਏਕਮ ਭਗਤ ਸਿੰਘ ਦਾ ਗਾਣਾ ਗਾਇਆ ਸੀਗਾ ਬਹੁਤ ਲੋਕ ਜਦੋਂ ਕਿਤੇ ਨਾ ਕਿਤੇ ਜਾ ਕੇ ਸਰੋਤੇ ਵੀ ਕਸੂਰਵਾਰ ਇਸ ਕਰਕੇ ਹੋ ਜਾਂਦੇ ਕਿ ਜਿਹੜੇ ਚੰਗੇ ਗਾਣੇ ਹੁੰਦੇ ਨਾ ਜੀ ਉਹਨਾਂ ਨੂੰ ਪਹਿਲ ਥੋੜ੍ਹੀ ਜਿਹੀ ਘੱਟ ਦਿੰਦੇ ਨੇ ਪਰ ਦੇਣੀ ਚਾਹੀਦੀ ਹੈ ਮੈਂ ਇਹੀ ਗੱਲ ਕਰਦਾ ਉਹਨਾਂ ਕੋਲ ਜੋ ਕਲਚਰਲ ਗਾਣਾ ਕੋਈ ਆਉਂਦਾ ਉਹਨੂੰ ਆਫਟਰ ਆਲ ਲੋਕਾਂ ਤੱਕ ਸ਼ੇਅਰ ਤਾਂ ਕਰੋ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਭਗਤ ਸਿੰਘ ਹੋਰੀ ਕੌਣ ਹੋ ਸੀ ਰਾਜਗੁਰੂ ਸੁਖ ਜੀ ਉਹ ਫਿਰ ਜਦੋਂ ਦੂਜੇ ਗਾਣੇ ਆਉਂਦੇ ਤੱਤੇ ਜ਼ਿਆਦਾ ਤੁਸੀਂ ਵਿੱਚ ਗੱਲ ਵੀ ਕਰੀ ਸੀ ਹੈਨਾ ਬਹੁਤ ਸਾਰੀਆਂ ਹਾਲਾਂਕਿ ਤੁਸੀਂ ਕੋਹਾਂ ਦੂਰ ਹੋਏ ਨਾ ਚੀਜ਼ਾਂ ਦੇ ਵਾਸਤੇ ਔਰ ਬਹੁਤ ਵਧੀਆ ਗੱਲ ਵੀ ਹੈ ਬਹੁਤ ਇੱਕ ਵਧੀਆ ਮੈਸੇਜ ਵੀ ਜਾਂਦਾ ਹੈ ਕਿਉਂਕਿ ਸੁਰਜੀਤ ਖਾਨ ਭਾਅ ਜੀ ਨੂੰ ਬਹੁਤ ਸਾਰੇ ਜਿਹੜੇ ਆਮ ਲੋਕ ਤਾਂ ਕਰਦੇ ਬਹੁਤ ਸਾਰੇ ਆਰਟਿਸਟ ਵੀ ਜਿਹੜੇ ਫੋਲੋ ਕਰਦੇ ਨੇ ਹੈਨਾ ਅਤੇ ਚੰਗਾ ਇੱਕ ਮੈਸੇਜ ਆਉਂਦਾ ਅਤੇ ਉਹਨਾਂ ਆਰਟਿਸਟਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਕੰਟਰੋਵਰਸੀਆਂ ਦਾ ਸਹਾਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਜਾਂ ਅੱਗੇ ਆ ਜਾਂਦੇ ਨੇ ਅਤੇ ਉਹਨਾਂ ਦਾ ਫਿਰ ਅੱਗੇ ਹਸ਼ਰ ਕੀ ਹੁੰਦਾ ਹੈਨਾ ਦੇਖੋ ਮੈਸੇਜ ਦਾ ਖੈਰ ਮੈਂ ਕੀ ਦੇ ਸਕਦਾ ਮੈਂ ਤਾਂ ਇਹੀ ਗੱਲ ਕਰਦਾ ਕਿ ਯਾਰ ਮਿਲ ਜੁਲ ਕੇ ਰਹੋ ਇੱਕ ਤਾਂ ਇੱਕ ਦੂਜੇ ਨੂੰ ਨਿਯਮਾਂ ਨੂੰ ਦਿਖਾਓ ਵੜਕਾਂ ਮਾਰਨੀਆਂ ਇਹ ਕਰਨਾ ਮੈਂ ਉਹਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਹਰ ਇੱਕ ਬੰਦੇ ਦੇ ਹੱਥ 'ਚ ਫੋਨ ਹੈ ਹਰ ਇੱਕ ਬੰਦੇ ਨੂੰ ਰਾਈਟ ਕਹਿਣ ਦਾ ਹੈਗਾ ਆਪਣਾ ਅਤੇ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਕੁਛ ਕਰੀ ਜਾਂਦਾ ਕਈ ਤਾਂ ਗਾਣੇ ਦਾ ਮਿਆਰ ਵੀ ਇੰਨਾ ਗੇਰਤਾ ਹੈਨਾ ਅਤੇ ਉਹ ਦੇਖ ਕੇ ਥੋੜ੍ਹਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜ਼ਰੂਰ ਅਤੇ ਨਵੇਂ ਸਿੰਗਰ ਦਾ ਇਹ ਵੀ ਜਿਹੜੀ ਚੰਗੀ ਚੀਜ਼ ਹੈ ਜਿਹੜਾ ਚੰਗਾ ਸਿੰਗਰ ਹੋਊਗਾ ਮਾੜਾ ਕੰਮ ਨਹੀਂ ਕਰੂਗਾ ਇਹ 100% ਜੀ ਉਹੀ ਗੱਲ ਨਾ ਕਹਿੰਦੇ ਕਿਸੇ ਦੇ ਬੋਲਣ ਤੋਂ ਉਸਦੇ ਵਿਚਾਰਾਂ ਦਾ ਪਤਾ ਲੱਗ ਜਾਂਦਾ ਲੱਖ ਕਰੇ ਕੋਈ ਯਤਨ ਛਪਾਉਣ ਦੇ ਪਰ ਇਸ਼ਕ ਦੇ ਬਿਮਾਰਾਂ ਦਾ ਪਤਾ ਲੱਗ ਜਾਂਦਾ ਜੀ ਪਰ ਜਿਹੜਾ ਚੰਗਾ ਸਿੰਗਰ ਹੋਊਗਾ ਨਾ ਉਹਨੇ ਚੰਗਾ ਹੀ ਰਹਿਣਾ ਜੀ ਸੋ ਇਸ ਕਰਕੇ ਕਲਚਰ ਸਾਡਾ ਬਹੁਤ ਅਮੀਰ ਹੈ ਵਿਰਸਾ ਸਾਡਾ ਬਹੁਤ ਅਮੀਰ ਆ ਫਖਰ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ ਤੁਸੀਂ ਗੁਰੂਆਂ ਦੀ ਬਾਣੀ ਗਾਓ ਭਗਤ ਸਿੰਘ ਹੋਰਾਂ ਨੂੰ ਗਾਓ ਸ਼ਹੀਦਾਂ ਨੂੰ ਗਾਓ ਪੰਜਾਬ ਦਾ ਫੋਕ ਗਾਓ ਮਈਏ ਜਿੰਦਾ ਟੱਪੇ ਸੱਸੀ ਪੁੰਨੂ ਹੈ ਨਾ ਇੰਨੇ ਗਾਣੇ ਗਾਓ ਜਿੱਦਾਂ ਮਰਜ਼ੀ ਉਹ ਸਾਰਾ ਕੁਛ ਹੀ ਆਪਣੇ ਕੋਲ ਹੈਗਾ ਤੁਸੀਂ ਕਿਤੇ ਵੀ ਚਲੇ ਜਾਓ ਸਾਡੀ ਛੋਟੀ ਜਿਹੀ ਸਟੇਟ ਆ ਪੰਜਾਬ ਜੀ ਅਤੇ ਦੇਖੋ ਸਾਡਾ ਪੰਜਾਬ ਕਿੱਥੇ ਕਿੱਥੇ ਤੱਕ ਵੱਜਦੇ ਗਾਣੇ ਜੀ ਦਿੱਲੀ ਬੰਬੇ ਫਿਲਮਾਂ ਤੱਕ ਵੀ ਪੰਜਾਬੀ ਗਾਣੇ ਆ ਜੀ ਸੋ ਇਹ ਪ੍ਰਾਪਤੀ ਹੈ ਸਾਡੀ ਪੰਜਾਬੀ ਮਾਂ ਬੋਲੀ ਨੂੰ ਮਤਲਬ ਮਾਣ ਸਤਿਕਾਰ ਮਿਲਿਆ ਕਿਹੜੀ ਚੀਜ਼ ਐਸੀ ਲੱਗਦੀ ਹੈ ਕਿ ਜਿਹੜੀ ਤੁਹਾਨੂੰ ਖੁਦ ਨੂੰ ਲੱਗਦੀ ਹੈ ਕਿ ਆਹ ਚੀਜ਼ ਮੈਂ ਹਲੇ ਗਾਈ ਨਹੀਂ ਇਹ ਗਾਣੀ ਚਾਹੀਦੀ ਹੈ ਨਹੀਂ ਮੈਂ ਹੁਣ ਜਿਹੜੀ ਹੁਣ ਨੈਕਸਟ ਈਪੀ ਆਣੀ ਉਹਦੇ 'ਚ ਊਧਮ ਸਿੰਘ ਦੀ ਵਾਰ ਵੀ ਹੈ ਗੋਰੀ ਮੱਟੂ ਨੇ ਉਹਨੂੰ ਗਾਣੇ ਲਿਖੇ ਨੇ ਦਾਜੀ ਨੇ ਸਦਾ ਜੀ ਨੇ 20 ਸੁਨਿਆਰੇ ਕੀਤਾ ਸਾਰੀ ਟੀਮ ਜੀ ਅਤੇ ਅਸੀਂ ਕੀਤਾ ਉਹਦੇ 'ਚ ਹੀਰ ਰਾਂਝੇ ਦਾ ਵੀ ਕੀਤਾ ਹੋਇਆ ਗਾਣਾ ਅਤੇ ਸ਼ਹੀਦ ਊਧਮ ਸਿੰਘ ਦੀ ਵਾਰ ਵੀ ਕੀਤੀ ਹੈ ਉਹਦੇ 'ਚ ਮੈਂ ਐਕਸਪੈਰੀਮੈਂਟ ਕਰਦਾ ਰਹਿੰਦਾ ਮੈਨੂੰ ਇੱਦਾਂ ਨਹੀਂ ਹੁੰਦਾ ਕਿ ਮੇਰਾ ਇਹ ਗਾਣਾ ਬਹੁਤ ਸਿਖਰ ਲੱਗ ਜਾਣਾ ਨਾ ਜੀ ਆਪਣਾ ਕੰਮ ਕਰੀ ਜਾਈਦਾ ਆਪਾਂ ਨੇ ਅਤੇ ਆਪਣਾ ਕੰਮ ਇੰਜੋਏ ਕਰਦੇ ਹਾਂ ਪੂਰਾ ਅਤੇ ਭਾਅ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗੱਲ ਕਰ ਲਈ ਸਭ ਤੋਂ ਵੱਧ ਸੁਰਜੀਤ ਖਾਨ ਦੀ ਕਿਹੜੇ ਆਰਟਿਸਟ ਨਾਲ ਬਣਦੀ ਹੈ ਕਿ ਜਿਹਦੇ ਨਾਲ ਹਰ ਦਿਲ ਦੀ ਗੱਲ ਸ਼ੇਅਰ ਕਰਦੇ ਹੋਣ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਦੇ ਹੋ ਇੱਦਾਂ ਤਾਂ ਕੁਝ ਨਹੀਂ ਭਰਾਵਾ ਸਾਰੇ ਮਿੱਤਰ ਆਪਣੇ ਕੋਈ ਪਾਰਟੀਕੁਲਰ ਕੋਈ ਪਾਰਟੀਕੁਲਰ ਐਸਾ ਹੈ ਨਹੀਂ ਸਭ ਨਾਲ ਬਣਦੀ ਮੇਰੇ ਕਿਸੇ ਨਾਲ ਵਿਗਾੜੀ ਕੋਈ ਐਸਾ ਇੰਸੀਡੈਂਟ ਕੋਈ ਆਪਣੇ ਸਬੋਰਡੀਨੇਟ ਜਿਹੜੇ ਆਪਾਂ ਕਹਿ ਲੈਂਦੇ ਜਾਂ ਕੋਈ ਲਾਈਵ ਸ਼ੋਅ ਦੇ ਦੌਰਾਨ ਦਾ ਜਿਹੜਾ ਕਿੱਸਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਕਦੇ ਕੋਈ ਨਾ ਕੋਈ ਘਟਨਾ ਐਸੀ ਹੋਈ ਹੋਵੇ ਉਹ ਸ਼ੋਅ ਦੇ ਉੱਪਰ ਹੈ ਨਾ ਜਾਂ ਕੋਈ ਐਸਾ ਖੁਸ਼ੀ ਦਾ ਪਲ ਹੋਵੇ ਕਿ ਜਿਹੜਾ ਯਾਦ ਰਹਿੰਦਾ ਹੋਵੇ ਸਤੀ ਮੈਂ ਉਹੀ ਗੱਲ ਦੱਸੀ ਜਾਂਦਾ ਕਿ ਮੈਨੂੰ ਖੁਸ਼ੀ ਦਾ ਪਲ ਤਾਂ ਇਹੀ ਹੈ ਇੱਕ ਵਾਰ ਬਹੁਤ ਟਾਈਮ ਦੀ ਗੱਲ ਹੋ ਗਈ ਇੱਕ ਬੰਦਾ ਸਾਨੂੰ ਮਿਲਿਆ ਅਤੇ ਉਹਨੂੰ ਦਿਨਾਂ 'ਚ ਬਹੁਤ ਪ੍ਰਭਾਵ ਸੀਗੇ ਜੀ ਇੱਕ ਬੰਦਾ ਕਹਿੰਦਾ ਅੱਜ ਮੈਂ 7ਵੇਂ ਦਿਨ ਹੈ ਜਿੱਥੇ ਮੈਂ ਵਿਆਹ 'ਚ ਜਾਂਦਾ ਉੱਥੇ ਤੂੰ ਹੈ ਕਹਿੰਦਾ 7ਵੇਂ ਦਿਨ 7 ਦਿਨ ਹੋ ਗਏ ਕਹਿੰਦਾ ਮੈਨੂੰ ਬਾਈ ਜਿਹੜੇ ਵਿਆਹ 'ਚ ਮੈਂ ਜਾ ਰਿਹਾ ਉੱਥੇ ਤੂੰ ਹਾਂ ਮੈਨੂੰ 7ਵੇਂ ਦਿਨ ਮਿਲਿਆ ਬੰਦਾ ਉਹ ਕੀ ਬਾਤ ਕਹਿੰਦਾ ਯਾਰ ਤੂੰ ਇੰਨੇ ਖਰਾਬ ਹੈ ਯਾਰ ਕਹਿੰਦਾ ਮੈਨੂੰ ਚਿੱਤਰਾਂ ਦੇ ਲੱਗਦਾ ਹੁਣ ਯਾਰ ਤੁਸੀਂ ਟੀਮ 'ਚ ਆ ਜਾਓ ਸੋ ਇਹ ਇੱਦਾਂ ਦੇ ਇੰਸੀਡੈਂਟ ਬਹੁਤ ਨੇ ਸੱਚੀ ਗੱਲ ਇਹ ਕਿੱਸਾ ਭਾਜੀ ਮੈਂ ਪਹਿਲੀ ਵਾਰ ਸੁਣਿਆ ਕਿਸੇ ਤੋਂ 7 ਦਿਨ ਲਗਾਤਾਰ ਬੰਦਾ ਵਿਆਹ ਪਰ ਜਾ ਰਿਹਾ ਅੱਗੇ ਉਹ ਵੀ ਜਾ ਰਿਹਾ ਅੱਗੇ ਆਰਟਿਸਟ ਵੀ ਉਹੀ ਆ ਰਿਹਾ ਹੈ ਨਾ ਕਿੱਡੀ ਵੱਡੀ ਗੱਲ ਹੈ
ਮੈਂ ਬਹੁਤ ਸੱਤੀ ਡਬਲ ਡਬਲ ਪ੍ਰੋਗਰਾਮ ਬਹੁਤ ਕੀਤੇ ਟੋਟਲ ਜਿਹੜੇ ਆਪਾਂ ਇੱਕ ਮਹੀਨੇ ਦੀ ਗੱਲ ਕਰ ਲਈ ਇੱਕ ਮਹੀਨੇ ਦੇ ਵਿੱਚ ਸੁਰਜੀਤ ਖਾਨ ਨੇ ਹਾਈਐਸਟ ਸ਼ੋਅ ਕਿੰਨੇ ਕਰੇ ਮੈਂ ਬਹੁਤ ਕੀਤੇ ਹਾਈਐਸਟ ਕਿੰਨੇ ਜਿੰਨਾ ਮਰਜ਼ੀ ਝੂਠ ਬੋਲੋ ਨਹੀਂ ਕੀਤੇ ਨੇ ਸੱਚੀ ਗੱਲ ਬਹੁਤ ਸ਼ੋਅ ਕੀਤੇ ਨੇ ਡਬਲ ਡਬਲ ਮਿਲਾਏ ਨੇ ਅੱਛਾ ਜੀ ਦੋ ਦੋ ਪ੍ਰੋਗਰਾਮ क्या बात है। चलो बहुत वधिया भाजी, परमात्मा करे इस तरीके दे नाल सब कुछ चलता भी रहे, है ना, क्योंकि जेडे गायक होंगे ने, है ना, उन्होंने लोग सुनना पसंद करते होंगे ने, तो उन्होंने खुराक भी गायकों की भी खुराक यही होंगी है कि साढ़े जेडे सुनने वाले हैं स्रोते और दर्शक सानू देखने वाले है वो उस तरीके दे नाल प्यार करते रहे प्यार करते रहे। बिल्कुल बिल्कुल, ये तो सवाल होर सीगे, है ना, कुछ कु चीज़ जिहड़ियां मैं आप भी पुछना चाहता सीगा, है ना, अवतार तारी, है ना, ਚਾਰੀ ਐੱਚ ਆਈ ਮੇਰੇ ਜਿਹੜੇ ਸੀਗੇ, ਹੈ ਨਾ, ਖੈਰ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਉਹਨਾਂ ਦੇ ਨਾਲ ਪਲ, ਕਿਉਂਕਿ ਪਰਿਵਾਰਕ ਕੁਛ ਕਿੱਸੇ ਜਿਹੜੇ ਹੈਗੇ ਆ ਉਹ ਜ਼ਰੂਰ ਚਾਹੁੰਦਾ, ਕਿਉਂਕਿ ਉਹਨਾਂ ਦੇ ਨਾਲ ਇੱਕ ਤੁਹਾਡਾ ਗਾਣਾ ਵੀ ਸੀਗਾ ਅਮਰ ਨੂਰੀ ਸੁਰਿੰਦਰ ਥਾਂਦੀ ਤੁਹਾਡਾ ਅਤੇ ਅਵਤਾਰ ਤਾਰੀ ਚਾਚਾ ਜੀ ਦਾ, ਹੈ ਨਾ, ਅਤੇ ਉਹ ਮੈਂ ਅੱਜ ਵੀ ਸੁਣ ਰਿਹਾ ਸੀ ਆਉਣ ਤੋਂ ਪਹਿਲਾਂ ਬੋਲੀਆਂ ਟੱਲੀਆਂ ਟੱਲੀਆਂ, ਤੇ ਉਹਦੀਆਂ ਦੋ ਲਾਈਨਾਂ ਵੀ ਤੇ ਕੁਛ ਕੁ ਪਲ ਵੀ ਜਿਹੜੇ ਸਾਂਝੇ ਕਰਨਾ ਚਾਹੁੰਦਾ। ਤਾਰੀ ਬਾਈ ਬਹੁਤ ਦਿਲਦਾਰ ਇਨਸਾਨ ਸੀ ਅਤੇ ਉਹਨਾਂ ਦੇ ਨਾਲ ਪਲ ਇੰਨੇ ਕਰਕੇ ਚੰਡੀਗੜ੍ਹ ਦੇ ਸਾਰੇ ਸਿੰਗਰਾਂ ਨੂੰ ਮਿੰਟ 'ਚ ਇਕੱਠੇ ਕਰ ਲੈਂਦਾ ਸੀ ਉਹ। ਇਹ ਕਿਸੇ ਕਿਸੇ ਬੰਦੇ 'ਚ ਕੁਆਲਿਟੀ ਹੁੰਦੀ ਹੈ। ਕਿਤੇ ਅਸੀਂ ਮੈਚ 'ਚ ਖੇਡਣਾ ਜਾਂ ਕੋਈ ਵੈਸੇ ਮੀਟਿੰਗ ਕਰਨੀ ਹੈ ਤਾਂ ਤਾਰੀ ਬਾਈ ਨੇ ਜਦੋਂ ਫੋਨ ਮਾਰਨੇ ਬਈ ਆਜੋ ਆਜੋ ਫਟਾਫਟ, ਹੈ ਨਾ। ਸੋ ਬਸ ਪਤਾ ਨਹੀਂ, ਹਾਲੇ ਜਾਣ ਵਾਲੀ ਉਮਰ ਹੈ ਨਹੀਂ ਸੀ। ਚਲੋ ਰੱਬ ਉਹਨਾਂ ਜੋ ਕਰਦਾ ਉਹਦੇ ਮੂਹਰੇ ਜ਼ੋਰ ਤਾਂ ਕਿਤੇ ਚੱਲਦਾ ਨਹੀਂ ਜੀ, ਪਰ ਬਹੁਤ ਵਧੀਆ ਇਨਸਾਨ ਸੀ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜੀ, ਮਲਾਪੜਾ ਬੰਦਾ ਸੀਗਾ। ਮੈਂ ਤੁਹਾਡੇ ਨਾਲ ਅੱਜ ਇਹ ਗੱਲ ਤਾਂ, ਕਿਉਂਕਿ ਮੈਂ ਵੈਸੇ ਅੱਜ ਤੱਕ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ, ਮੈਂ ਤਾਂ ਕੀਤੀ ਕਿਉਂਕਿ ਤੁਸੀਂ ਇੱਕ ਐਸੇ ਆਰਟਿਸਟ ਹੋ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਨਾਲ ਗਾਇਆ ਵੀ ਹੈ, ਵੈਸੇ ਤਾਂ ਪਿਆਰ ਹੈਗਾ ਹੀ ਸੀਗਾ ਪਰਿਵਾਰਕ। ਮੈਨੂੰ ਪਤਾ ਕਿ ਹਰ ਫੰਕਸ਼ਨ ਦੇ ਉੱਪਰ ਹਰ ਮਤਲਬ ਕਿ ਵਕਤ ਇਕੱਠੇ ਰਹਿਣਾ, ਹੈ ਨਾ, ਅਤੇ ਉਹ ਚੀਜ਼ਾਂ, ਅਤੇ ਮੈਂ ਕਹਿੰਦਾ ਉਹ ਬੋਲੀਆਂ ਦੀ ਹੀ ਇੱਕ ਐਜ਼ ਅ ਟ੍ਰਿਬਿਊਟ ਆਪਾਂ। ਮੈਂ ਬੋਲੀ ਗਾ ਦਿੰਦਾ ਇੱਕ, ਉਹਦੇ 'ਚ ਮੈਨੂੰ ਯਾਦ ਆ ਬੋਲੇ ਗਾ, ਹੋ ਟੱਲੀਆਂ 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 ਹਾਏ ਟੱਲੀਆਂ ਟੱਲੀਆਂ ਟੱਲੀਆਂ, ਹੋ ਮੋੜ ਨਾ ਜਵਾਬ ਦਿੱਤਾ ਮੋੜ ਨਾ ਜਵਾਬ ਦਿੱਤਾ, ਬੇ ਮੈਂ ਚਿੱਠੀਆਂ ਹਜ਼ਾਰਾਂ ਲਿਖ ਕੱਲੀਆਂ ਹਾਏ ਚਿੱਠੀਆਂ ਹਜ਼ਾਰਾਂ ਲਿਖ ਕੱਲੀਆਂ। ਤਾਰੀ ਦੀ ਬੋਲੀ ਆਉਂਦੀ ਫਿਰ, ਹੋ ਵਾਰੀ ਆਵੀ 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 ਆਵੀ, ਨਸ਼ੇ ਦੀ ਬੰਦ ਬੋਤਲੇ ਮੇਰਾ ਡਿੱਗਿਆ ਰੁਮਾਲ ਫੜਾਵੀ ਹਾਏ ਡਿੱਗਿਆ ਰੁਮਾਲ ਫੜਾਵੀ। ਦਰ ਬਹੁਤ ਅੱਛਾ ਸੀਗਾ, ਬਹੁਤ ਵਧੀਆ ਬੋਲੀਆਂ ਸੀ, ਬਹੁਤ ਪੁਰਾਣੀਆਂ ਹੋ ਗਈਆਂ ਜੀ ਜੀ, ਬਹੁਤ ਅੱਛਾ ਸੀਗਾ। ਮੈਂ ਵੀ ਮਤਲਬ ਕਿ ਵੈਸੇ ਉਹ ਯੂਜਲੀ ਸੁਣਦੇ ਰਹਿੰਦੇ ਹਾਂ, ਅਤੇ ਅੱਜ ਤਾਂ ਫਿਰ ਲੇਟੈਸਟ ਬਿਲਕੁਲ ਇਹ ਆਉਣ ਤੋਂ ਪਹਿਲਾਂ ਸੁਣਿਆ। ਮੈਂ ਕਿਹਾ ਭਾਜੀ ਨੂੰ ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਜਿੱਥੋਂ ਕਹਿੰਦੇ ਆ ਨਾ ਕਿ ਗੱਲਾਂ ਪਤਾ ਲੱਗਦੀਆਂ ਰਹਿਣ, ਹੈ ਨਾ, ਕਿਉਂਕਿ ਜਿਹੜੀ ਚੀਜ਼ਾਂ ਹੁਣ ਆਪਣੇ ਵਿਚਕਾਰ ਨਹੀਂ ਰਹੇ ਜਿਹੜੇ ਇਨਸਾਨ, ਹੈ ਨਾ, ਉਹਨਾਂ ਬਾਰੇ ਕੁਛ ਜਿਹੜੇ ਤੁਹਾਡੇ ਨਾਲ ਬਿਤਾਏ ਹੋਏ ਪਲ ਤੁਹਾਨੂੰ ਹੀ ਪਤਾ, ਹੈ ਨਾ, ਬਿਲਕੁਲ ਉਹ ਚੀਜ਼ਾਂ ਥੋੜ੍ਹੀਆਂ ਵਧੀਆ ਲੱਗਦੀਆਂ ਹੁੰਦੀਆਂ, ਵਧੀਆ ਲੱਗਦੀਆਂ ਬਿਲਕੁਲ ਬਿਲਕੁਲ ਜੀ, ਕਿਉਂਕਿ ਧੂਮ ਧੜੱਕੇ ਦੇ ਟਾਈਮ ਦਾ, ਹੈ ਨਾ, ਮੇਰਾ ਖਿਆਲ ਧੂਮ ਧੜੱਕਾ ਨਾ ਸੀ ਉਹਦਾ, ਦੋਸਤ ਹੈਗਾ ਬਹੁਤ ਭਰਾਵਾਂ ਵਾਂਗ ਪਿਆਰਾ ਰਜਤ, ਹੈ ਨਾ, ਅਸੀਂ ਕਾਲਜ ਦੇ ਵਿੱਚ ਇਕੱਠੇ ਪੜ੍ਹੇ, ਅਤੇ ਕਾਲਜ ਦੇ ਵਿੱਚ ਉਹ ਗਾਣਾ ਤੁਹਾਡਾ ਬਹੁਤ ਸੁਣਿਆ, ਉਹ ਅੱਜ ਵੀ ਮਤਲਬ ਕਿ ਉਹਦੀ ਸ਼ਿਕਾਇਤ ਸੀ, ਕਹਿੰਦਾ ਭਾਜੀ ਨੇ ਯਾਰ ਪੁੱਛੀ ਕਿ ਉਹ ਰਿਕਾਰਡ ਕਿਉਂ ਨਹੀਂ ਕਰਵਾਇਆ ਲੈਕਚਰ 9:40 ਦੇ ਕਾਲਜ ਲੱਗਦਾ, ਉਹ ਕਾਲਜ ਗਾਣੇ ਤੁਸੀਂ ਸਪੀਚ ਪਾਈ ਹੋਈ ਹੈ, ਹੈ ਨਾ, ਅਤੇ ਉਸ ਤੋਂ ਬਾਅਦ ਪਰ ਉਹ ਗਾਣਾ ਨਹੀਂ ਰਿਕਾਰਡ ਕਰਵਾਇਆ ਅੱਜ ਤੱਕ। ਇਹ ਗਾਣਾ ਯਾਰ ਹਮੇਸ਼ਾ ਪੁੱਛਦਾ ਮੈਨੂੰ, ਅਤੇ ਗਾਣਾ ਸੀਗਾ ਇਹਦੇ ਰਾਈਟਸ ਨਹੀਂ ਮੇਰੇ ਕੋਲ ਹੈਗੇ ਗਾਣੇ ਦੇ ਬੇਸਿਕਲੀ, ਹਾਂ, ਇਹ ਲਾਲੀ ਦਰਾਹੇ ਵਾਲੇ ਨੇ ਲਿਖਿਆ ਸੀਗਾ, ਉਹਨੂੰ ਬਾਈ ਨੂੰ ਅਪਰੋਚ ਵੀ ਕੀਤੇ ਸੀਗੇ, ਮੈਂ ਕਿਹਾ ਭਰਾ ਦੇ ਗਾਣਾ ਸਾਨੂੰ, ਹੈ ਨਾ, ਉਹ ਗਾਣਾ ਸੁਣਦੇ ਬਹੁਤ ਲੋਕ ਮੈਥੋਂ ਕਾਲਜ, ਮੈਂ ਇੱਕ ਵਾਰ ਤਾਂ ਮੈਂ ਗੁਰਦਾਸਪੁਰ ਗਿਆ ਕਾਲ ਇਸੇ ਗਾਣੇ ਕਰਕੇ ਕਾਲਜ 'ਚ ਪਰਫੋਰਮ ਕਰਕੇ ਆਇਆ ਸੀਗਾ, ਅੱਛਾ ਗੁਰਦਾਸਪੁਰ, ਅਤੇ ਇਸ ਕਰਕੇ ਨਾ ਜਲਦੀ ਕਰਦਾ ਕਹਿੰਦੇ ਕੋਈ ਗੱਲ ਨਹੀਂ ਕਰਦਾ ਬਾਈ ਨਾਲ ਅਪਰੋਚ ਦੁਬਾਰਾ। ਮੈਂ ਉਹ ਵਿਚਾਰਾ ਨੂੰ ਮੈਨੂੰ ਹਮੇਸ਼ਾ ਪੁੱਛਦਾ, ਉਹਨੇ ਅੱਜ ਵੀ ਸਪੈਸ਼ਲੀ ਮੈਨੂੰ ਕਿਹਾ, ਹੈ ਨਾ, ਅਤੇ ਕਹਿੰਦਾ ਕਿ ਇੱਦਾਂ ਐਕਚੁਲੀ ਸਿਸਟਰ ਦਾ ਵਿਆਹ ਹੈ ਉਹਨਾਂ ਦੀ ਦਾ, ਹੈ ਨਾ, ਹੁਣ ਥੋੜ੍ਹੇ ਦਿਨਾਂ ਤੱਕ, ਅੱਜ ਉਹਨਾਂ ਨੇ ਆਉਣਾ ਸੀ ਘਰੇ ਅਤੇ ਸਵੇਰੇ ਸਵੇਰੇ ਫੋਨ ਆਇਆ, ਮੈਂ ਕਿਹਾ ਅੱਜ ਸੁਰਜੀਤ ਖਾਨ ਭਾਅ ਜੀ ਨੇ ਆਉਣਾ, ਹੈ ਨਾ, ਅਤੇ ਕਹਿੰਦਾ ਪਹਿਲਾਂ ਤਾਂ ਆਹ ਗੱਲ ਪੁੱਛੀ ਯਾਰ, ਬਾਕੀ ਗੱਲਾਂ ਬਾਅਦ ਦੀਆਂ, ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕਹਿੰਦਾ ਗਾਣਾ ਮੈਂ ਕਰਦਾ ਬਾਈ ਨਾਲ ਗੱਲ, ਫਿਰ ਕਰਦੇ ਆ ਰਿਕਾਰਡ ਉਹਨੂੰ ਜੀ। ਅਤੇ ਭਾਅ ਜੀ ਕੋਈ ਦਿਲ ਦੀ ਗੱਲ ਐਸੀ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਹੋ? ਬਸ ਸੱਤੀ ਦਿਲ ਦੀ ਗੱਲ ਬਸ ਆਹੀ ਹੈ ਕਿ ਪਰਮਾਤਮਾ ਇਸੇ ਤਰ੍ਹਾਂ ਤੰਦਰੁਸਤੀ ਬਖਸ਼ੇ, ਨਵੇਂ ਨਵੇਂ ਗਾਣੇ ਬਣਾਈ ਜਾਈਏ, ਤੁਹਾਡੇ ਵਰਗੇ ਭਰਾਵਾਂ ਦੇ ਦਰਸ਼ਨ ਹੁੰਦੇ ਰਹਿਣ ਅਤੇ ਸਰੋਤਿਆਂ ਨੂੰ ਨਵੇਂ ਨਵੇਂ ਗਾਣੇ ਦਿੰਦੇ ਰਹੀਏ। ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜਾ ਸਿੰਗਲ ਵਾਲਾ ਟਾਈਮ ਆਇਆ ਨਾ ਇਹ ਗਲਤ ਹੈ, ਐਲਬਮ ਵਾਲਾ ਟਾਈਮ ਆਉਣਾ ਚਾਹੀਦਾ। ਮੇਰੇ ਕੋਲ ਇੰਨੇ ਗਾਣੇ ਪਏ ਨੇ ਕਿ ਮੈਨੂੰ ਰਿਲੀਜ਼ ਨਹੀਂ ਮੇਰੇ ਤੋਂ ਹੋ ਰਹੇ,
ਇੰਨਾ ਮੈਟਰ ਪਿਆ ਰਿਲੀਜ਼ ਨਹੀਂ ਹੋ ਰਿਹਾ ਮੇਰੇ ਤੋਂ ਕੀ ਬਾਤ ਹੈ ਸੌ ਲੱਗੇ ਤੇ ਆਪਣਾ ਲੇਬਲ ਬਣਾਉਣ ਦਾ ਫਾਇਦਾ ਹੋਇਆ ਜਾਂ ਮਤਲਬ ਕਿ ਕੰਪਨੀਆਂ ਦੇ ਵਿੱਚ ਲੇਬਲ ਦਾ ਤਾਂ ਚਲੋ ਫਾਇਦਾ ਗਾਣੇ ਦੇਖੋ ਗੱਲ ਮੇਨ ਤਾਂ ਇਹ ਕਿ ਅਸੀਂ ਆਰਟਿਸਟ ਆ ਆਰਟਿਸਟ ਜਿੰਦਾ ਉਹ ਰਹਿੰਦਾ ਜਦੋਂ ਉਹਦਾ ਕੰਮ ਆਈ ਜਾਵੇ ਮਾਰਕੀਟ 'ਚ ਉਦੋਂ ਤੱਕ ਆਰਟਿਸਟ ਹੈ ਜਦੋਂ ਤੱਕ ਉਹਦਾ ਕੰਮ ਆ ਰਿਹਾ ਉਦੋਂ ਤੱਕ ਆਰਟਿਸਟ ਹੋ ਜਦੋਂ ਕੰਮ ਬੰਦ ਹੋ ਗਿਆ ਤਾਂ ਭਾਵੇਂ ਜਿੱਡਾ ਮਰਜ਼ੀ ਸਿੰਗਰ ਹੋ ਚੈਪਟਰ ਬੰਦ ਹੋ ਜਾਂਦਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਗਾਣੇ ਮੇਰਾ ਹੁਣ ਆਹ ਚਰਚਾ ਦਾ ਵਿਸ਼ਾ ਆਇਆ ਗਾਣਾ ਅਤੇ ਹੁਣ ਇਸ ਤੋਂ ਬਾਅਦ 24 ਨੂੰ ਕਿੰਗ ਗਰੇਵਾਲ ਨੇ ਲਿਖਿਆ ਅਤੇ ਬਿੱਗ ਬੱਡ ਦਾ ਮਿਊਜ਼ਿਕ ਅਤੇ ਜ਼ੋਰ ਜੱਟ ਦਾ ਗਾਣੇ ਦਾ ਨਾਂ ਮਤਲਬ ਯੰਗਸਟਰ ਲਈ ਬਣਾਇਆ ਗਾਣਾ ਸਟੱਬਰਨ ਵਾਂਗੂ ਮੈਨੂੰ ਲੱਗਦਾ ਕਿ ਉਹ ਵੀ ਨੈਕਸਟ ਲੈਵਲ ਹੋਊਗਾ ਕਿਆ ਬਾਤ ਹੈ ਬਹੁਤ ਅੱਛਾ ਮੈਨੂੰ ਤਾਂ ਭਾਜੀ ਅੱਜ ਨਾ ਮੇਰਾ ਸੱਚੀ ਗੱਲ ਹੈ ਕਿ ਇੱਦਾਂ ਹੋਈ ਜਾ ਰਿਹਾ ਕਿ ਭਾਜੀ ਤੂੰ ਪੁੱਛਾਂ ਕੀ ਔਰ ਮਤਲਬ ਕਿ ਸੁਣਾ ਨਹੀਂ ਨਹੀਂ ਸੱਚੀ ਜਦੋਂ ਇੱਕ ਦਿਨ ਫਿਰ ਰੱਖ ਲਾਂਗੇ ਦੁਬਾਰੇ ਭਾਜੀ ਦਾ ਭਾਜੀ ਪੁੱਛੇ ਬਹੁਤ ਵਧੀਆ ਭਾਜੀ ਅੱਜ ਖੈਰ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਪਿਆਰੀ ਤੁਸੀਂ ਆਪਣਾ ਟਾਈਮ ਕੱਢ ਕੇ ਅੱਜ ਆਏ ਇੱਥੇ ਸਪੈਸ਼ਲੀ ਸੋ ਥੈਂਕ ਯੂ ਸੋ ਮੱਚ ਤੇ 20 ਸੁਨਿਆਰੇ ਦੀ ਭਾਜੀ ਆਖਰੀ ਦੇ ਵਿੱਚ ਲਾਈਨਾਂ ਸੁਣ ਲਈਏ 20 ਸੁਨਿਆਰਾ ਗੋਰੀ ਮੱਟੂ ਨੇ ਲਿਖਿਆ ਦਾ ਜੀ ਨਹੀਂ ਸਦਾ ਮਿਊਜ਼ਿਕ ਮੈਨੂੰ ਬਹੁਤ ਚੰਗਾ ਲੱਗਦਾ ਗਾਣਾ ਯਾਰ ਹੋ ਸੂਟ ਤੇਰੇ ਕੁੜੀਏ ਬਨਾਰਸ ਤੋਂ ਆਏ ਟੌਪ ਦੇ ਬਟੀਕਾ ਤੋਂ ਸਟਿਚ ਕਰਵਾਏ ਬੈਲੀ ਇੱਕ ਅਲਡੋ ਦੇ ਹੁਣੇ ਹੈ ਕਢਾਈ ਜੁੱਤੀ ਤੇਰੀ ਇੱਕ ਆ ਕਰਾਚੀ ਤੋਂ ਮੰਗਾਈ ਤੇਰੇ ਮਾਪਿਆਂ ਨੇ ਜਿੱਦਾਂ ਲਾਡਾ ਨਾਲ ਰੱਖਿਆ ਰੱਖੋ ਤੋਂ ਵੱਦ ਪਰੀਆਂ ਦੀ ਭੈਣੇ ਨੀ ਉਹ ਵੀ ਸੁਨਿਆਰੇ ਨੀ ਮੈਂ ਪੱਕੇ ਰੱਖ ਲੈ ਤੇਰੇ ਲਈ ਬਣਾਉਣ ਨੂੰ ਆ ਗਹਿਣੇ ਨੀ ਵੀ ਸੁਨਿਆਰੇ ਨੀ ਮੈਂ ਪੱਕੇ ਰੱਖ ਲੈ ਤੇਰੇ ਲਈ ਬਣਾਉਣ ਨੂੰ ਆ ਗਹਿਣੇ ਨੀ ਮਾਸੀ ਜੁੱਤੀ ਇਹ ਜੀ ਤੁਸੀਂ ਬਣਾਈ ਹੈ ਨਾ ਉਹ ਇੰਨੀ ਚੱਲ ਗਈ ਟੁੱਟਦੀ ਹੋਣੀ ਮੈਂ ਕਿਹਾ ਹੁਣ ਚੱਲੀ ਹੋ ਜਾਂਦੀ ਅਜੇ ਤੱਕ ਜੀ ਜੁੱਤੀ ਚੋਂ ਚੋਂ ਕਰਦੀ ਹੈ ਕਿੱਕਲੀ ਪਾ ਕੇ ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ ਸਟੱਬਰਨ ਟਰੱਕਾਂ ਵਾਲੇ ਕਰਕੇ ਤਰੱਕੀ ਉਹ ਵੀ ਬਹੁਤ ਚੱਲਦੇ ਨੇ ਅਤੇ ਹੁਣ ਮੈਂ ਤੁਸੀਂ ਜੁੱਤੀ ਦੇ ਨੇ ਆਪਣੇ ਆਪ ਭਾਅ ਜੀ ਗੱਲ ਕਰ ਲਈ ਅਤੇ ਦੋ ਕੁ ਲਾਈਨਾਂ ਉਹਦੀਆਂ ਸੁਣਾ ਕੇ ਆਪਾਂ ਖਤਮ ਕਰਦੇ ਹਾਂ ਇੰਟਰਵਿਊ ਜੀ ਮਾਸਟਰ ਜੀ ਦਸਵਾੜਾ ਜੀ ਦਾ ਜੀ ਕਮਾਲ ਹੈ ਇਹ ਗਾਣਾ ਮੈਨੂੰ ਵੀ ਬਹੁਤ ਪਿਆਰਾ ਕਿਉਂਕਿ ਇਹ ਤੋਂ ਬਿਨਾਂ ਸ਼ੋਅ ਸੰਪੂਰਨ ਨਹੀਂ ਹੁੰਦਾ ਕੋਈ ਵੀ ਨੈਣ ਨਸ਼ੀਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ ਬੁੱਲ ਗੁਲਾਬੀ ਕੂਲੇ ਪੱਤ ਕੱਚੀ ਕਚਨਾਰ ਦੇ ਬੋਚ ਬੋਚ ਪੱਬ ਧਰੇ ਜੂੰ ਪਰੀ ਉਡਾਰੀ ਭਰਦੀ ਆ ਉਹ ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂੰ ਚੂੰ ਕਰਦੀ ਆ ਉਹ ਜੁੱਤੀ ਚੂੰ ਚੂੰ ਕਰਦੀ ਆ ਤੇ ਸੁਣਨ ਵਾਲਾ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵਸਦੇ ਰਹੋ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਚੰਗਾ ਮਿਊਜ਼ਿਕ ਸੁਣੋ ਚੰਗੇ ਗਾਣਿਆਂ ਨੂੰ ਪ੍ਰਮੋਟ ਕਰੋ ਔਰ ਚੈਨਲ ਸਤਰੰਗ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਚੰਗੇ ਚੰਗੇ ਪ੍ਰੋਗਰਾਮ ਦੇਖਦਾ ਤੁਹਾਡੇ ਤੋਂ ਲੈ ਕੇ ਆਉਂਦੇ ਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਭ ਤੋਂ ਪਹਿਲਾਂ ਪ੍ਰੋਗਰਾਮ ਬਹੁਤ ਘੈਂਟ ਹੁੰਦਾ ਭਰਾ ਥੈਂਕ ਯੂ ਭਾਈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਔਰ ਬਸ ਇਹੀ ਬੇਨਤੀ ਹੈ ਥੈਂਕ ਯੂ ਸੋ ਮੱਚ ਭਾਈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਕਿਵੇਂ ਦੀ ਲੱਗੀ ਇਹ ਵੀਡੀਓ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਸਤਰੰਗ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮਿਲਾਂਗੇ ਸਤਰੰਗ ਸੈਲੀਬ੍ਰਿਟੀ ਦੇ ਅਗਲੇ ਐਪੀਸੋਡ ਦੇ ਵਿੱਚ ਦਿਓ ਆ ਗਿਆ ਧੰਨਵਾਦ